ਤੇ ਪ੍ਰਭ ਤੇਰਾ ਚੌ ਦਿਸਨਾਮ ਪਤਾਲ ਹੀ ਮੇਰੀ ਪਰਿਪੂਰਨ ਪਰਮਾਤਮਾ ਤੇਰਾ ਹੁਕਮ ਇਹ ਨਾਮ ਚਾਰ ਅਉ ਚਾਰ ਅੱਠ ਦਿਸ ਆਕਾਸ਼ ਪਤਾਲ ਵਿੱਚ ਦਸੋਂ ਦੇਸਾਂ ਵਿੱਚ ਵਸਦਿਆ ਕਿਉਂਕਿ ਪਰਮੇਸ਼ਰ ਦਾ ਹੁਕਮ ਸਭਨਾ ਤੇ ਵਸਦਾ ਸਖ ਸਭ ਹੀ ਹੁਕਮ ਦੇ ਬੰਦੇ ਕਾਰ ਕਰਦੇ ਮਨੁੱਖ ਦੇ ਹੱਥ ਵਸ ਵਿੱਚ ਕੁਝ ਨਹੀਂ ਕੁਝ ਕਰ ਸਕੈ ਗੁਰਦੇਵ ਗੁਰੂ ਅਰਜੁਨ ਦੇ ਮਹਾਰਾਜ ਜੀ ਵੀ ਪਾਵਨ ਬਚਨ ਕਹਿੰਦੇ ਨੇ ਕਹੋ ਵਾ ਨੁਕ ਤੇ ਕਿਆ ਹੋਇ ਆਵੈ ਜੋਤ ਸੁਭਾਵੈ ਸੋਈ ਘਰਾ ਘਰਾ ਕਿਉਂਕਿ ਕੰਨ ਘਾਤ ਪ੍ਰਭੀਸ਼ਰ ਹੈ ਕਹੋ ਤੋ ਬਨੋਖਤੀ ਕੀ ਹੋ ਹਾ ਜੋ ਸੁਨੋ ਪਾਉਂਦਾ ਕਰਾਉਂਦਾ ਉਹ ਬਨੋਖ ਕਰਦਾ ਪਾਤਸ਼ਪ ਤਮਉਂਦੀ ਸਭ ਮਹਿ ਸ਼ਬਦ ਵਰਤੈ ਪ੍ਰਭ ਸਾਚਾ ਕਰਮ ਮਿਲੈ ਬਿਆਨ ਇਬਰਾਹਿਮ ਰੂਪ ਸੰਚੀ ਪ੍ਰਭ ਤੂੰ ਸਤ ਸੁਪੋਤੀ ਕਰਕੇ ਸਬਨਾ ਵਿੱਚ ਵਰਤ ਦੇਨਾ ਤੈਨੂੰ ਉਹ ਮਿਲੈ ਨਹੀਂ ਜਿਨ੍ਹਾਂ ਨੂੰ ਉੱਤਮ ਕਰਮਾ ਔਰ ਗਿਆਨ ਦੇ ਦਿਨ ਹੋਇਆ ਸਭ ਮਹਿ ਸ਼ਬਦ ਬਰਤੈ ਪ੍ਰਭ ਸਾਚਾ ਕਦਮ ਮਿਲੈ ਬੈ ਆਲ ਕੋਣ ਮਿਲਦਾ ਹੈ ਉੱਤਮ ਕਰਮਾ ਕਰ ਕੀਤੀ ਦਾ ਨੀਲ ਹੁੰਦਾ ਤੀਦੀ ਬਖਸ਼ਿਸ਼ ਰਹਿਮਤ ਤੋਂ ਬਿਨਾਂ ਤੇਦੀ ਨਾਲ ਮਿਲ ਨਹੀਂ ਪਾਤਸ਼ਾ ਪਾਵਨ ਬਚਨ ਕਹਿੰਦੇ ਨੇ ਜਮਣ ਮਰਣਾ ਦੀ ਸਿਰ ਉਭੋ ਖੋਦਿਆ ਨਿੰਦਰਾ ਕਾਲਮ ਗਿਆਨ ਤੋਂ ਬਿਨਾ ਜਮਣ ਤੇ ਮਰਣਾ ਸਿਰ ਪਰ ਖੜਾ ਵੀ ਵਿਖੇਦਾ ਜੇ ਗਿਆਨ ਨਹੀਂ ਮਿਲਿਆ ਅ ਗਿਆਨ ਅ ਵਿਦਿਆ ਮਨੁੱਖ ਨਹੀਂ ਸਾਰੀ ਆਦ ਬਲਾ ਬਤੀਤ ਕਰ ਦਿੱਤੀ ਜਵਾਨੀ ਆਈ ਵੱਡੇ ਭਾਂਗੀਆਂ ਅੱਗਾ ਵੀ ਢੀੜੀ ਆਈਆਂ ਕਿਉਂ ਇਹ ਕਿਉਂਕਿ ਇੱਕ ਦਿਨ ਅਵਸ਼ਯ ਵਾਣਾ ਹੈ ਜਾਣਾ ਕਿਉਂਕਿ ਅਗਿਆਨ ਅਵਿਦਿਆ ਦੀ ਹਨੇਰੀ ਰਾਤ ਵਿੱਚ ਮਨੁੱਖ ਜਿਉਂਦੇ ਨਹੀਂ ਸਾਰੀ ਯਾਦ ਬਲਾ ਬਤੀਤ ਕਰਨ ਦਿੱਤੀ ਕੋ ਲਾਹਾ ਲਾ ਤੇ ਜੰਮਣਾ ਤੇ ਮਰਨਾ ਸਿਰ ਤੇ ਖੜਾ ਖੁਦਿਆ ਦਿਨ ਦਾ ਕਾਲ ਇਹ ਕੀ ਸਿਰ ਕੀ ਪਾਤਸ਼ਾਹ ਫਰਮਉਂਦੇ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਮ ਕਾ ਨਾਮ ਮਿਲੇ ਮਨ ਭਾਵੈ ਸਾ ਕੀ ਨਦਰ ਰਸਾਲਮ ਹੀ ਰਸਾਂ ਦੀ ਘਰ ਮੀਰੀ ਪਰਮੇਸ਼ਰ ਤੇਰਾ ਨਾਮ ਮੀਰੀ ਮਨ ਵਿੱਚ ਪਾਉਂਦਾ ਤੇਰਾ ਨਾਮ ਮੈਨੂੰ ਮਿਲ ਜਾਵੇ ਨਾਨਕ ਦਾ ਨਾਮ ਮਿਲੈ ਤਾਂ ਜੀਵਾਂ ਤਨ ਮਨ ਠੀ ਵਹਿ ਰਹੇ ਤੇ ਦਾ ਨਾਮ ਮੈ ਜਾਈਆ ਜਦ ਤੰਗ ਤੇ ਮੰਗ ਹਰਿਆ ਭਰਿਆ ਹੋ ਜਾਏ ਸ਼ੀਤਲ ਹੋ ਜਾਏ ਨਾਨਕ ਦਾ ਨਾਮ ਮਿਲੈ ਮਨ ਭਾਵ ਹੈ ਮਨ ਵਿੱਚ ਭੌਂਦਾ ਹੈ ਤੀਰਾਨਾ ਸੱਚੀ ਨਦਰ ਰਸਾਲੰਖੀ ਮੇਰੀ ਵਾਹੀ ਗੁਰੂ ਸੱਚੀ ਤੇਰੀ ਨਦਰ ਹੋ ਜਾਵੇ ਜਿਨਾਂ ਤੇ ਤੇਰੀ ਨਦਰ ਹੋਈ ਬਖਸ਼ਿਸ਼ ਹੋ ਗਈ ਆ ਉਤਰ ਗਏ ਨਾ ਨਕ ਨਦਰੀ ਨਦਰ ਨਿਹਾਲ ਮਲਾਰੋ ਮਹਲਾ ਪਹਿਲਾ ਮਰਨ ਮੁਕਤ ਗਤ ਸਾਰ ਨ ਜਾਣਦਾ ਕੰਠੇ ਬੈਠੀ ਗੁਰ ਸ਼ਬਦ ਪਛਾਨਾ ਜਿਵੇਂ ਧਾਨ ਝੋਨਾ ਧਾਨਾਂ ਦੇ ਵਿੱਚ ਇੱਕ ਆੜ ਨਾਲ ਪਹੁੰਚੀ ਹੁੰਦੀ ਹੈ ਆੜ ਨਾਲ ਪਹੁੰਚੀ ਪਾਣੀ ਵਿੱਚੋਂ ਜੀਵ ਬਾਦ ਕਿਉਂ ਖਾਂਦਾ ਹੈ ਜਿਸ ਨੂੰ ਝੀਵਰ ਨੇ ਜਾਲ ਵਿੱਚ ਫਸਾਇਆ ਹੋਇਆ ਹੈ ਜਿਸ ਸਮੇਂ ਗੁਰਦੇਵ ਨੇ ਇਸ ਕੌਤਕ ਨੂੰ ਤੱਕਿਆ ਦੇਖਿਆ ਜਗਤ ਦੇ ਰਹਿਬਰ ਸਬਦਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ ਸ਼ਬਦੀ ਉਚਾਰਿਆ ਉਹਦੀ ਉਪਦੇਸ਼ ਦੇਣ ਲੱਗੇ ਮਰਨ ਮੁਕਤ ਗਤ ਸਾਧਨਾ ਜਾਣੈ ਕੰਠੀ ਬੈਠੀ ਗੁਰ ਸ਼ਬਦ ਪ੍ਰਸ਼ੰਨੈ ਮਨਨ ਦੀ ਮੁਕਤੀ ਪਦ ਵਿੱਚ ਸਥਿਤੀ ਦੀ ਤੂੰ ਖਬਰ ਨਹੀਂ ਜਾਣਦੀ ਗੁਰੂ ਦੇ ਸ਼ਬਦ ਪਹਿਚਾਨਣੇ ਤੇ ਤੂੰ ਕੰਠੇ ਕੰਡੇ ਪਰ ਨਿਆਰੀ ਹੋਈ ਬੈਠੀ ਗੁਰੂ ਸ਼ਬਦ ਨੂੰ ਤੈਨੀ ਨਹੀਂ ਪਹਿਚਾਣਿਆ ਜਾਣਣਾ ਹੀ ਨਹੀਂ ਕੀਤਾ ਕਿਉਂਕਿ ਮਨੁੱਖ ਅਗਿਆਨ ਵਿਦਿਆ ਵਿੱਚ ਹੀ ਆਪਣੀ ਆਤਵਲਾ ਵਤੀਤ ਕਰ ਦਿੰਦਾ ਗਿਆਨ ਅਵਸਤਵਤੀ ਹੋਂਦਾ ਕੀ ਨਹੀਂ ਫਾਤਿਸ਼ਾ ਫਰਮਾਉਂਦੇ ਨੇ ਤੋ ਕੈਸੇ ਆੜਾ ਫਾਤੀ ਜਾਲ ਅਲੱਖ ਨਾ ਜਾਚੇ ਹਿਰਦੈ ਸੁਮਾਲਾ ਕੀ ਜੀਵ ਰੂਪੀ ਆ ਤੂੰ ਮੋਹ ਰੂਪੀ ਜਾਲ ਵਿੱਚ ਕਿਨੇ ਫਸ ਰਹੀ ਕਿ ਜਿਵੇਂ ਪੰਛੀ ਜਾਲ ਵਿੱਚ ਫਸ ਜਾਂਦਾ ਮਨੁੱਖ ਮੋਹ ਵਿੱਚ ਫਸ ਜਾਂਦਾ ਪਾਤਸ਼ਾਹ ਬਚਨ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੂੰ ਕੈਸੇ ਆੜ ਫਾਤੀ ਜਾਲ ਕੇ ਜੀਵ ਰੂਪ ਆੜ ਤੂੰ ਮੋਹ ਰੂਪੀ ਜਾਲ ਵਿੱਚ ਕਿਵੇਂ ਫਸ ਰਹੀ ਜੋ ਸਦਵ ਦੀ ਸਵਾਲ ਖਾਂਦ ਪਾਂਦੇ ਆਦਿਕ ਦੀ ਖਬਰ ਲੈਣ ਵਾਲਾ ਹੈ ਮੀਰਾ ਵੰਹੀ ਗੁਰੂ ਕਿਸੇ ਅਲੱਖ ਨੂੰ ਘਿਰਦੇ ਵਿੱਚ ਕਿਉਂ ਨਹੀਂ ਤੂੰ ਜਾਚਦੀ ਕਿਉਂ ਨਹੀਂ ਜਪਦੀ ਪਰਮੇਸ਼ਰ ਬਚਾਓ ਕਿਉਂ ਨਹੀਂ ਕਰਦੇ ਚੜਨਾ ਜੋਗ ਵਿਚਾਰ ਕਰ ਅਲੱਖ ਨਾ ਜਾ ਤੇ ਹਿਰਦੈ ਸੁਮਾ ਦੁਚਾ ਦੀ ਵਾਣ ਕਿਉਂਕਿ ਗੁਰੂ ਦੇ ਸਿੱਖਾ ਪਾਤਸ਼ਾਹ ਫਰਮਾਉਂਦੇ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਕਿ ਸੱਚ ਕੀ ਹੈ ਝੂਠ ਕੀ ਹੈ ਪੁੰਨ ਕੀ ਹੈ ਪਾਪ ਕੀ ਬਚਾਤ ਕਰ ਗੁਰੂ ਦੀ ਪਾਵਨ ਬਾਣੀ ਦਾ ਕਿ ਮੇਰੇ ਗੁਰੂ ਨੇ ਇਹ ਪਾਵਨ ਬਾਣੀ ਉਚਾਰੀ ਇਹ ਬਾਣੀ ਮਿਲਦ ਦਾ ਮਾਦਕ ਹੈ ਤੰ ਤਨ ਬਾਬਾ ਨਾਨਕ ਸנגਹ ਮਹਾਰਾਜ ਜੀ ਦੀ ਬਖਸ਼ਿਸ਼ਾਂ ਕਰਨੀਆਂ ਭਾਈ ਅਖਰ ਹੀ ਅਖਰ ਗੁਰੂ ਨਾਨਕ ਇਹ ਬਾਣ ਸੋਮਾ ਅਮਰਤ ਦਾ ਇਹ ਬਾਣੀ ਸੱਚਖੰਡ ਵਿੱਚੋਂ ਆਈ ਹੈ ਜੋ ਇਸ ਬਾਣੀ ਨੂੰ ਜਪਦਾ ਬਾਣੀ ਨੂੰ ਸੁਣਦਾ ਉਹਦਾ ਵਾਸਾ ਵੀ ਸੱਚਖੰਡ ਵਿੱਚ ਹੋ ਜਾਂਦਾ। ਏਕ ਜੀ ਕੈ ਜੀਆਂ ਖਾਖੀ ਜਲ ਤਰਤੀ ਬੂਢੀ ਜਲਵਾ। ਏਕ ਆਪਣੇ ਜੀਵ ਦੀ ਰੱਖਿਆ ਪਾਲਣਾ ਵਾਸਤੇ ਕਈ ਜੀਵਾਂ ਨੂੰ ਖਾਂਦੀ। ਪਦਾਰਥਾਂ ਵਿੱਚ ਤਰਦੀ ਹੋਈ ਵਿਸ਼ਿਆਂ ਨੂੰ ਭੋਗਦੀ ਹੋਈ ਵਿਸ਼ੇ ਜਲ ਵਿੱਚ ਡੁੱਬ ਜਾਂਦੀ ਹੈ ਇੱਕ ਜੀ ਕਹਿ ਜੀਆਂ ਇੱਕ ਆਪਣੇ ਜੀਵ ਦੀ ਰੱਖਿਆ ਪਾਦਣਾ ਲਈ ਕਈ ਜੀਵਾਂ ਨੂੰ ਖਾ ਜਾਂਦੀ ਹੈ ਉਹ ਪਦਾਰਥਾਂ ਵਿੱਚ ਦਿਸਤਾਨ ਦੇ ਦੇ ਨਹੀਂ ਪਦਾਰਥਾਂ ਵਿੱਚ ਤਰਦੀ ਹੋਈ ਵਿਸ਼ਿਆਂ ਨੂੰ ਭੋਗਦੀ ਵਿਸ਼ੇ ਜਲ ਵਿੱਚ ਡੁੱਬ ਗਈ ਸਰਬਜੀ ਕੀਏ ਪ੍ਰਤੋ ਪਾਨੀ ਜਬ ਪਗੜੀ ਤਬ ਹੀ ਪਛਤਾਨੀ ਪਾਤਸ਼ਾਹ ਫਰਮਾਉਂਦੇ ਨੇ ਸਰਬ ਜੀਵਾਂ ਨੂੰ ਤੈਨੇ ਖੱਥਾਂ ਸਾਤ ਪਗੜ ਕੇ ਬਾਦ ਦਿੱਤਾ ਜਬ ਜੰਗਦੂਤਾ ਨਹੀਂ ਪਕੜੀ ਤਬ ਪਹਛਾਤਾ ਬਕਰਨ ਵਾਲੀ ਕਿਉਂਕਿ ਬੰਦੁਖ ਜੀਵ ਘਾਤ ਬੜਾ ਕਰਦਾ ਅਨੇਕਾਂ ਨੂੰ ਮਾਰ ਦਾ ਖੰਡਾ ਪਰ ਸਤਿਗੁਰੂ ਪਰਮਉਦੇ ਦੀ ਪਿਆਰੇ ਆ ਜਿਸ ਸਮੇਂ ਤੈਨੂੰ ਜਬਦੂਤਾ ਨੇ ਫੜਦਾ ਸਜਾਵਾਂ ਦੇਣੀਆਂ ਨੇ ਤੇ ਯਾਦ ਕਰਿਓ ਸਮਾਂ ਫਿਰ ਪਛਤਾਤਾ ਪੀ ਹੀ ਰਹਿ ਜਾਵੇਗਾ ਰੋਣਾ ਹੀ ਰਹਿ ਜਾ ਸਰਬਜੀ ਕੀਏ ਪ੍ਰਤਪਾਨੀ ਤਬ ਜੀਵਾਂ ਨੂੰ ਤੈਨੇ ਹੱਥਾਂ ਨਾਲ ਪਕੜ ਕੇ ਮਾਰ ਦਿੱਤਾ ਜਬ ਪਕੜੀ ਤਬ ਹੀ ਪਛਤਾ ਜਬ ਜਬਦੂਤਾ ਨੇ ਪਕੜੀ ਤਬ ਪਹਚਾਤਾ ਪਕਰਨ ਵਾਲੀ ਤੇ ਪਹਚਾਤਾਬ ਕਰਨਗੀ ਰੋਵੇਂਗੀ ਪਰ ਫਿਰ ਉਹ ਸਮਾਂ ਹੱਥ ਨਹੀਂ ਆਉਣਾ ਜਬ ਗਲਮਾਸ ਪੜੀ ਅਤ ਭਾਰੀ ਉਡ ਨਾ ਸਕੈ ਪੰਖ ਬਸਾਰੀ ਜਬ ਜਮਾਂ ਦੀ ਫਾਸੀ অতি ਭਾਰੀ ਗਲ ਵਿੱਚ ਪਈ ਤਬ ਇਦਦੇ ਰੂਪ ਅੰਖਾਂ ਨੂੰ ਪ੍ਰਸਾਦ ਕੀ ਉਡ ਭਾਗ ਨਹੀਂ ਸਕੇਗੀ ਕਿਤੇ ਜਾ ਨਹੀਂ ਸਕੀ ਰਾਤ ਚੂਗੇ ਮਨ ਮੁਖ ਗਾਵਾ ਫਾਤੀ ਛੂਟੇ ਗੁਣ ਗਿਆਨ ਵਿਚਾਰ ਕੇ ਮੰਦਮੁਖ ਗਵਾਰੀ ਆਨੰਦ ਸਹਿਤ ਚੋਗ ਨੂੰ ਝੁਗਦੀ ਹੈ ਵਿਸ਼ਿਆਂ ਨੂੰ ਭੋਗਦੀ ਹੈ ਤੂਫਾਤੀ ਹੋਏ ਗਿਆਨ ਵਿਚਾਰ ਆਦਿ ਗੁਣਾ ਕਰਕੇ ਛੁੱਟੇਗੀ ਸਤ ਗੁਰ ਸੇਵ ਤੂਟੈ ਜਮ ਕਾਲ ਖੇਰਦਾ ਸਾਚਾ ਸ਼ਬਦ ਸੰਭਾਲ ਸਤ ਗੁਰੂ ਨੂੰ ਸੇਵਿਆਂ ਜਮ ਕਾਲ ਦਾ ਜਾਲ ਟੁੱਟ ਜਾਂਦਾ ਯੋ ਤੇਵ ਜਸਤਿ ਤੇਜ ਸ਼ਬਦ ਦਾ ਸਮਾਵਨ ਕਰ ਗੋਰਾ ਬਤ ਸਾ ਕੀ ਸ਼ਬਦ ਹੈ ਸਾਧ ਕਾ ਦਾ ਨਾਮ ਰਖੈ ਔਰ ਧਾਰ ਪਾਤਸ਼ਾਹ ਫਮਉਂਦੇ ਨੇ ਜਿਨ੍ਹਾਂ ਨੂੰ ਸੱਚੀ ਗੁਰੂ ਸਿੱਖਿਆ ਪ੍ਰਾਪਤ ਹੋਈ ਮਿਲੀ ਜਿਨ੍ਹਾਂ ਨੇ ਬ੍ਰਹਮ ਨੂੰ ਸੰਭਾਲਿਆ ਰਬੀਸ਼ਰ ਦੇ ਨਾਮ ਨੂੰ ਘਿਰਦੇ ਵਿੱਚ ਧਾਰਨ ਕਰ ਲੱਕਦੇ ਗਲਸ਼ਾ ਬਧੀ ਗੁਰਮਤਿ ਸੇ ਦੁਖ ਆਗੈ ਜੇ ਭੋਗ ਵਲਾਸ ਨਾਨਕ ਮੁਕਤ ਨਹੀਂ ਬਿਨ ਦਾ ਵੈ ਸਤਿ ਸੇ ਦੁਖ ਆਗੈ ਜੀ ਭੋਗ ਵਲਾਸ ਇਹ ਭਾਈ ਜੋ ਸੁਭੋਗਾ ਵਿੱਚ ਬਲਾਸ ਕਰਦੇ ਨੇ ਵਿਸ਼ੇ ਵਕਾਰਾਂ ਦੇ ਭੋ ਰਸ ਜੋ ਭੋਗਦੇ ਨੇ ਗੁਰਦੇਵ ਪਾਤਸ਼ਾਹ ਬਚਨ ਕਹਿੰਦੇ ਨੇ ਪਿਆਰਿਓ ਸੋ ਅੱਗੇ ਦੁੱਖ ਵੀ ਆਉਂਦੇ ਨੇ ਨੈਮਕ ਕਾ ਮੁਸਵਾਦ ਕਾਰਨ ਕੋਟ ਦਿਨ ਸੁਖ ਪਾਵੈ ਇਕ ਨੈਮਕ ਦੇ ਕਾਮ ਦੇ ਰਸ ਦੇ ਬਦਲੇ ਕਰੋੜਾਂ ਦਿਨ ਦੁੱਖ ਮਿਲਦਾ ਤੇ ਪਛਤਾਉਂਦਾ ਤੀ ਦੁੰਦਾ ਸੇ ਦੁਖ ਆਗੈ ਜੀ ਭੋਗ ਬਲਾਸੀ ਉਹ ਭੋਗਾਂ ਦੇ ਚਮਲਾਸ ਵਿਸ਼ੇ ਵਕਾਰਾਂ ਦੇ ਭੋਗ ਜੋ ਭੋਗਦੇ ਨੇ ਸੋ ਅੱਗੇ ਵੱਡੇ ਦੁੱਖ ਵੀ ਪਾਉਂਦੇ ਨਾਨਕ ਮੁਕਤ ਨਹੀਂ ਬਿਨ ਨਾਮ ਹੈ ਸਾਚੇ ਗੁਰੂ ਨਾਨਕ ਦੇਵ ਮਹਾਰਾਜ ਦੀ ਪਾਵਨ ਬਚਨ ਕਹਿੰਦੇ ਨੇ ਪਿਆਰਿਓ ਸੱਚੇ ਨਾਮ ਤੋਂ ਬਿਨਾ ਇਸ ਜੀਵ ਮਨੁੱਖ ਨੂੰ ਮੁਕਤ ਪ੍ਰਾਪਤ ਕਦੇ ਵੀ ਨਹੀਂ ਜੇ ਨਾਮ ਨਾ ਜਪਿਆ ਗੁਰੂ ਦੀ ਛਣ ਲਾ ਲਈ ਫਿਰ ਚੁਰਾਸੀ ਦੀ ਗੀੜ ਵਿੱਚ ਪਿਆ ਦੁੱਖ ਪਾਉਂਦਾ ਹੈ ਮਾਲਾ ਰਮਗੱਲਾ ਤੀਜਾ ਅਸ਼ਟ ਪਦਿਆ ਘਰ ਪਹਿਲ ਇੱਕ ਓ ਅੰਕਾਰ ਸਤ ਗੁਰ ਪਰਸਾਦ ਕਦਮ ਹੋਵੇ ਤਾਂ ਸਤਗੁਰ ਪਾਈਐ ਬਿਣ ਕਰਮ ਬਿ ਪਾਇਆ ਨਾ ਜਾਏ ਸਤਗੁਰ ਤੀਜੇ ਪਾਤਸ਼ਾਹ ਤੀਜੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹ ਪਰਮਉਪਦੇ ਨੀ ਕਰਮ ਹੋਵੇ ਤਾਂ ਸਤਗੁਰ ਪਾਈਐ ਬਿਨ ਕਰਮੈ ਪਾਇਆ ਨਾ ਜਾਏ ਜੇ ਪਰਮੇਸ਼ਰ ਦੀ ਕਿਰਪਾ ਕਰਮ ਕਿਰਪਾ ਬਖਸ਼ਿਸ਼ ਹੋ ਜਾ ਤਾਂ ਫਿਰ ਗੁਰੂ ਮਿਲਦਾ ਬਿਨਾ ਕਿਰਪਾ ਤੇ ਪਾਇਆ ਨਹੀਂ ਜਾਂਦਾ ਸਤਿਗੁਰੂ ਫਰਮਾਉਂਦੇ ਨੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਵੀ ਹਾਜ਼ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਵਰਗਾਸ ਕਿਰਪਾ ਬਿਰੀ ਵੰਖੀ ਗੁਰੂ ਪਰਮੇਸ਼ਰ ਦੀ ਹੋਈ ਬ੍ਰਹਿਮ ਦੇ ਵਿੱਚ ਰਤਿਆ ਹੋਇਆ ਤਤਵੀਤਾ ਬ੍ਰਹਿਮ ਗਿਆਨੀ ਬ੍ਰਹਿਮ ਸਰੂਪ ਦੀ ਬ੍ਰਹਿਮ ਦੇਤੀ ਗੁਰੂ ਮਿਲਿਆ ਸਤ ਗੁਰ ਮਿਲਿਆ ਕੰਚਨ ਹੋਇਆ ਜਹਰ ਕੀ ਹੋਏ ਦੇ ਜਾ ਪਾਤਸ਼ਾਹ ਫਮਉਂਦੀ ਦੀ ਗੁਰੂ ਅਮਰਦਾਸ ਮਹਾਰਾਜ ਦੀ ਪਿਆਰਿਓ ਸਤ ਗੁਰੂ ਦੇ ਮਿਲੇ ਆ ਸ਼ੁੱਧ ਦੂ ਹੋ ਜਾਏ ਜੰਮ ਕੰਚਨ ਸੋਨਾ ਜੋ ਸ਼ੁੱਧ ਹੈ ਭਇਆ ਮਨੂਦ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇ ਖਾ ਜੇ ਪੂਰਨ ਗੁਰੂ ਮਿਲ ਜਾਵੇ ਮਨੂਦ ਤੋਂ ਕੰਚਨ ਬਣਾ ਦਿੰਦਾ ਗੁਰੂ ਕੀ ਕਿਰਪਾ ਕਰਦੇ ਨੇ ਕੇਸੀ ਵਰਸੇ ਬਾਦਸ਼ਾਹ ਪਰਮਉਦੀ ਨੇ ਇੱਕ ਨਾਮ ਅਮਰਤ ਉਹ ਦੇਵੈ ਤਉ ਨਾਨ ਤ੍ਰਿਸ਼ਟ ਸਦੇਹਾ ਗੁਰੂ ਨਾਮ ਅਮਰਤ ਦੀ ਦਾਤ ਵਰਸਾ ਸਤਿਗੁਰੂ ਤਾਂ ਮਿਲਦਾ ਜਾਂ ਖਰੀ ਪਰਮੇਸ਼ਰ ਦੀ ਆਗਿਆ ਆਉਂ ਕਾ ਰਾਜਾ ਜਾਂ ਖਾਲਕੀ ਹੋਏ ਰਹਿ ਜਾਏ ਕਿਉਂਕਿ ਉਸ ਦੀ ਰਾਜਾ ਤੋਂ ਬਿਨਾ ਕੁਝ ਨਹੀਂ ਉਸਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਆਪਾਂ ਸੰਗਤ ਵਿੱਚ ਬੈਠੇ ਹਾਂ ਇਹ ਵੀ ਲਿਖਿਆ ਹੈ ਇਹ ਵੀ ਪਰਮੇਸ਼ਰ ਦੀ ਬਖਸ਼ਿਸ਼ ਹੈ ਸਤਗੁਰੂ ਪਾਤਸ਼ਾਹ ਸਗਾ ਸਤੇ ਬੈਠੇ ਸਨ ਜਗਿਆਸੂ ਸਿੱਖ ਨੇ ਬੇਨਤੀ ਕੀਤੀ ਗਰੀਬ ਨਵਾਜ਼ ਜਤ ਵਿੱਚ ਬੜੇ ਸੰਜਮ ਆਦਿਕ ਕਰਮ ਨੇ ਸਾਵਿਆਂ ਨਾਲੋਂ ਸੰਜਮ ਜੋ ਵੱਡੇ ਕਰਮ ਆਦਿਕ ਨੇ ਕੀੜਾ ਸ੍ਰਿਸ਼ਟ ਤੇ ਉੱਤਮ ਹੈ ਔਰ ਕਿਨਾ ਨੋਤਰਾਬਤੋ ਕੌਣ ਕਹਤੈ ਗੁਰਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤੇ ਕਹਿਣ ਲਗੇ ਖਾਦ ਕੀਰਤ ਸਾਧ ਸੰਗਤ ਹੈ ਸਿਰ ਕਰਮੰਦ ਕੈ ਕਰਮਾ ਜੋ ਖਰੀਦੀ ਕੀਤੀ ਸੰਗਤ ਕਰਨੀ ਸਾਦੇ ਕਰਮਾ ਨਾਲੋਂ ਸਰੋਬਣੀ ਕਰਮ ਹੈ ਪਰ ਪ੍ਰਾਪਤ ਕਿਨਾ ਬਾਤੀ ਸਤ ਪਰਮਾਉਦੇ ਨੇ ਕਹੋ ਨਾਨਕ ਕਿ ਤਿਸ ਭੈਓ ਕਾ ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਜੋ ਲੈਣਾ ਲਿਖਿਆ ਹੈ ਪੁਰਬ ਜਨਮਾਂ ਦਾ ਕਿ ਗੁਰੂ ਨਾਨਕ ਦੇ ਘਰ ਜਾਵੇਗਾ ਇਹ ਬਖੀਸ਼ਾ ਲਵੇ ਉਹ ਆਉਂਦਾ ਕੈ ਸੰਗਤ ਦਿੱਤਾ ਲਈ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਪਣਾ ਦਿੱਤਾ ਹੋਇਆ ਜੀ ਲੈ ਲੈ ਇਹ ਬਖਸ਼ੀਸ਼ਾਂ ਨੇ ਗੁਰੂ ਨਾਨਕ ਦੇਵ ਜੀ ਘਰ ਦੀਆਂ ਕਿਉਂਕਿ ਇੱਕ ਕਦੋਂ ਵੀ ਚਲਦੇ ਹੋ ਲਿਖਿਆ ਗਾ ਬੈਠੀ ਖਾਂ ਲਿਖਿਆ ਕਿਉਂਕਿ ਇਹ ਬਖਸ਼ੀਸ਼ਾਂ ਨਹੀਂ ਪਰਮੇਸ਼ਰ ਦੀਆਂ ਜੋ ਸਤਗੁਰੂ ਪਾਤਸ਼ਾਹ ਪਰਮਉਦੇਸ ਹੈ ਸਤਗੁਰ ਮਿਲੇ ਕੰਚਨ ਹੋਈ ਹੈ ਜਾਂ ਹਰ ਕੀ ਹੋਏ ਰਜਾਈ ਰਜਾ ਪਰਮੇਸ਼ਰ ਦੀ ਆਕੀ ਤੇ ਗੁਰੂ ਮਿਲਦਾ ਪਰ ਸ਼ੁੱਧ ਕੰਚਨ ਹੋ ਜਾਏ ਮਨ ਮੇਰੇ ਹਰ ਖਰ ਦਾ ਨਾਮ ਚਿਤ ਲਾ। ਸਤ ਗੁਰ ਤੇ ਹਰ ਪਾਈਐ। ਸਾਚਾ ਖਾਲਸ ਹੋ ਰ ਸਮਾਏ। ਕੀਬੀ ਦੀ ਪਿਆਰੇ। ਮਨ ਬਾਣੀ ਕਰਕੇ ਖਰੀ ਨਾਮੀ ਵਿੱਚ ਚਿਤ ਲਾਓ।

ਸਤਗੁਰ ਤੇ ਗਿਆਨ ਉਪਜੈ ਤਾਹੇ ਸੰਸਾਰਾਇ ਸਤਗੁਰੂ ਤੋਂ ਗਿਆਨ ਪ੍ਰਗਟ ਹੁੰਦਾ ਹੈ ਗਿਆਨ ਅੰਜਨ ਗੁਰ ਦਿਆ ਅਗਿਆਨ ਅਦੇਦ ਗਨਾ ਗਿਆਨ ਗੁਰੂ ਨੇ ਬਖਸ਼ਿਆ ਕਿਉਂਕਿ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਦੀ ਯੋਗਦੇਵ ਨੇ ਆਪ ਗੁਰੂ ਤਾਲਨ ਕੀਤਾ ਗੁਰੂ ਵਾਲੇ ਵਾਲੇ ਸਮਰੱਥ ਗੁਰੂ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਸਤ ਗੁਰਾਂ ਦੇ ਚਰਨ ਪਾਸੀ ਸੇਵਾ ਤਹਿਲ ਕੀਤੀ ਔਰ ਤੀਜੀ ਗੁਰੂ ਨਾਨਕ ਬਣ ਗਏ ਪਾਤਸ਼ਾਹ ਕਰਵਾਉਂਦੇ ਨੇ ਸਤ ਗੁਰੂ ਤੋਂ ਬਖਸ਼ਿਸ਼ਾਂ ਮਿਲਦੀਆਂ ਨੇ ਸਤ ਗੁਰ ਤੇ ਗਿਆਨ ਊਪਜੈ ਤਾਂ ਹੀ ਸੰਸਾ ਚਾਈ ਗੁਰੂ ਤੋਂ ਗਿਆਨ ਪ੍ਰਾਪਤ ਹੇ। ਇਹ ਪਰਤਕ ਸੰਸਾਾਰ ਜੀਵ ਦਾ ਸੁਧੇ ਚਲਾ ਜਾਂਦਾ ਹੈ। ਸਤ ਗੁਰ ਤੇ ਖਾਦ ਬੁੱਝੀ ਹੈ ਗਰਬ ਜੋਨੀ ਰਹਿ ਪਾਏ। ਯਾਦਿਓ ਸਤ ਗੁਰੂ ਤੋਂ ਪਰਮੇਸ਼ਰ ਖਰੀ ਜਾਣੀ ਜਾਂਦਾ ਹੈ। ਗਰਬ ਜੋਨੀ ਵਿੱਚ ਪੇੜਨਾ ਕਿਉਂਕਿ ਜਨਮ ਤੇ ਮਨ ਗੁਰੂ ਨਵਸਤ ਕਰ ਦਿੰਦਾ ਹੈ। ਗੁਰ ਪਰਸਾਦੀ ਜੀਵਤ ਮਰਨ ਮਰ ਜੀਵੇ ਸ਼ਬਦ ਕਮਾਏ ਗੁਰੂ ਦੀ ਸੰਤਨਾਂ ਕੇ ਸ਼ਬਦ ਕਮਾ ਕੇ ਜੀਵਤ ਭਾਵ ਤੋਂ ਮਰ ਜਾਂਦੇ ਪਰਮੇਸ਼ੁਰ ਨੂੰ ਪ੍ਰਾਪਤ ਹੋਇਆ ਹੋਇਆ ਸਕੀਵੀ ਜਿਉਂਦਾ ਮੌਕਤ ਦੁਆਰਾ ਸੋਈ ਬੜ ਇਹ ਵਿਚੋਂ ਆਪ ਗਵਾਏ ਮੁਕਤੀ ਦਾ ਤਵਾਜਾ ਕੀ ਹੈ ਗਿਆਨ ਉਹ ਪੌਂਦਾ ਜੋ ਵਿਚੋਂ ਆਪਾ ਭਾਵ ਗਵਾ ਦਵੇ ਆਪ ਗਵਾਈਏ ਤਾਂ ਸਹ ਪਾਈਏ ਔਰ ਕੈਸੀ ਚਤदाई ਆਪਣਾ ਆਪ ਗਾਉਣਾ ਪੈਣਾ ਤਨ ਮਨ ਤਨ ਗੁਰੂ ਨੂੰ ਦੇਣਾ ਹੈ ਜੇ ਗੁਰੂ ਦਾ ਹੁਕਮ ਫੇਰਤਾ ਕਉ ਦੇਵ ਦੇ ਬਚਨ ਇਸ ਦੀ ਆਨੰਦ ਸਹਿ ਵਿੱਚ ਤਨ ਮਨ ਧਨ ਸਭ ਸੌਂਪ ਗੁਰ ਕੋ ਕਕਮ ਬੰਦੇ ਆਈ ਹੈ ਪ੍ਰਾਪਤ ਪਾਤਸ਼ਾਹ ਫਮਾਉਂਦੀ ਨਹੀਂ ਗੌਰ ਪਰ ਸਾਤੀ ਸ਼ਿਵ ਕਰ ਜਮੈ ਵਿੱਚ ਹੋ ਸਕਤ ਗਵਾਏ ਗੁਰੂ ਦੀ ਕਿਦ ਪਾ ਗੁਰੂ ਦੇ ਬਸਾਦ ਕਰਕੇ ਪ੍ਰਮਾਤਮਾ ਸੂ ਵਿੱਚ ਸਥਿਤ ਹੋਣਾ ਸ਼ੇਵ ਘਰ ਜਮੈ ਮਾਇਆ ਮਨ ਵਿੱਚੋਂ ਗਵਾਦ ਕਿਉਂਕਿ ਮਾਇਆ ਦਾ ਮੋਤੀ ਅਗਣਾ ਹੈ ਫਾਤਸ਼ਾਹ ਫਰਮਉਂਦੇ ਨਹੀਂ ਆ ਚਰ ਚਰੈ ਬਬੀਕ ਬੁੱਧ ਪਾਏ ਪੁਰਖ ਹੈ ਪੁਰਖ ਬਿਲਾਏ ਅਚਾਜ ਅਚਲ ਚਰੈ ਤਾਂ ਸਦ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਵੀਤ ਤਾਂ ਭ੍ਰਮ ਕਾਟਿਆ ਅਚਾਜ ਕਿਹੜੇ ਨੇ ਜੋ ਬੜੇ ਬਲ ਵਾਲੇ ਨਹੀਂ ਪਾਤਸ਼ਾਹ ਪਰਵਾਉਂਦੇ ਨਹੀਂ ਅਚਾਜ ਚਰੈ ਬਬੀਕ ਬੁੱਧ ਪਾਏ ਅਚャਦ ਕੰ ਕ੍ਰੋਧ ਲੋਭ ਮੋਹ ਹੰਕਾਰ ਨਾ ਚੜਨ ਵਾਲੇ ਬੜੇ ਬਲਵਾਨ ਏ ਵੀ ਯੋਧੇ ਸੂਰਬੀਰ ਨੇ ਪਾਤਸ਼ਾਹ ਪਰਮਾਉਦੇ ਦੀ ਇਹਨਾਂ ਪੰਜੇ ਵਕਾਰਾਂ ਦਾ ਅਭਾਵ ਕਰਦਾ ਹੈ ਤੋ ਬੁੱਧੀ ਵਿੱਚ ਬਵੇਕ ਨੂੰ ਪਾ ਲੈਂਦਾ ਅਚਾਦ ਚਰੈ ਬਵੇਕ ਬੁੱਧ ਪਾਈ ਪੁਰਖੇ ਪੁਰਖ ਮਲਾਏ ਉਸ ਪੁਰਖ ਨੂੰ ਪਰਮਾਤਮਾ ਪੁਰਖ ਆਪਣੇ ਸਾਥ ਬਲਾ ਲੇ ਜੋ ਇਹਨਾਂ ਵਿਕਾਰਾਂ ਤੇ ਫਤਿਹ ਪਾ ਲਵੇ ਕਿਉਂਕਿ ਇਹ ਵੀ ਵੱਡੇ ਜੋਧੀ ਸੂਰਬੀਰ ਜੋ ਇਹਨਾਂ ਤੋਂ ਫਤਿਹ ਪਾਉਂਦਾ ਮਿਲਦਾ ਹੈ ਪਰਮੇਸ਼ਰ ਨੂੰ ਜਿਨ ਮੇਨਾਰੇ ਪੰਜ ਸੂਰਬੀਰ ਐਸੋ ਕੌਣ ਵਲੀਰੇ ਜਿਨ ਪੰਜ ਬਾਦ ਬਦਾਰ ਗੁਦਾ ਦੇ ਸੋ ਪੂਜਾ ਇਹ ਕਲੀ ਉਕਤਲਯਗ ਵਿੱਚ ਪੂਰਨ ਸੰਤ ਭਗਤ ਤਾ ਤੁਰਵਾਦੀ ਸੰਸਾਰ ਆਚੇਤ ਹੈ ਚੱਲੇ ਮੂਰ ਗਵਾਈ ਸੰਸਾਰਵਾਦੀ ਇਸ ਸਦੀਵੀ ਰਹਿਣ ਵਾਲੀ ਆਪਾਂ ਦੇਖਦੇ ਖਾਂ ਜਗ ਬੜਾ ਸੁੰਦਰ ਫਾਸਦਾ ਹੈ ਮੋਹ ਦੀ ਤੰਦ ਵਿੱਚ ਵਜਿਆ ਹੋਇਆ ਮਨੋ ਛੱਡਦਾ ਨਹੀਂ ਪਰ ਪਾਤਸ਼ਾਹ ਪਰਮਾਉਦੇ ਨਹੀਂ ਪਿਆਰੇ ਆ ਇੱਕ ਦਿਨ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਾ। ਇਹ ਸਦੀਵੀ ਰਹਿਣ ਵਾਲਾ ਇਹ ਜਗਤ ਸੰਸਾਰ ਨਹੀਂ ਜਿਸ ਨੂੰ ਦੇਖਦਾ ਅੱਖਾਂ ਦੇਖਤ ਬਾਣ ਹੈ ਸਗਲ ਮਥੇਨਾ ਇੱਕ ਦਿਨ ਨਾਸ ਹੋ ਜਾਵੇ। ਜੋ ਆਪਾਂ ਦੇਖਦੇ ਖਾ ਨਿਤਰਾ ਨਾਲ ਇਹ ਸਦੀਵੀ ਨਹੀਂ ਬਣਿਆ ਰਹਿਣਾ। ਤਾਂ ਤੁਰਬਾਦੀ ਸੰਸਾਰ ਹੀ ਅਚੇਤ ਹੈ। ਬਦਮੁਖ ਅਚੇਤ ਹੋ ਰਿਹਾ ਚੱਲੇ ਮੂਲ ਗੰ ਮੂਲ ਸੁਵਾਸਾਂ ਨੂੰ ਮੂਲ ਨੂੰ ਵੀ ਗਵਾ ਕੇ ਚੱਲਿਆ ਅਮੋਲਕ ਨਹੀਂ ਕੀਤੇ ਸੁਵਾਸ ਇਹ ਸਫਲ ਨਹੀਂ ਕੀਤੇ ਜੋ ਸੁਵਾਸ ਅਮੋਲਕ ਸੀ ਗੋਦਮੁਖ ਲਾਹ ਲੈ ਚੱਲੇ ਬਦਮੁਖ ਚੱਲੇ ਮੂਲ ਗਵਾਏ ਗੁਰਮੁਖ ਤਾਂ ਲਾਹਾ ਲੈ ਕੇ ਜਾਂਦੇ ਨੇ ਬੰਦ ਮੁਖ ਮੂਲ ਵੀ ਗਵਾ ਲੈਂਦੇ ਕਿਉਂਕਿ ਉਹਨਾਂ ਨੇ ਲਾਹਾ ਅਮੋਲਕ ਸੁਵਾਸਾਂ ਨੂੰ ਵਿਅਲਤ ਬਤੀਤ ਕਰ ਦਿੱਤਾ ਜਿਨ੍ਹਾਂ ਦਾ ਮੁੱਲ ਵੀ ਕੋਈ ਕੀਮਤ ਹੀ ਸਤਿ ਪਤਿਸ਼ਰਾਂ ਦੇ ਪਾਵਨ ਬਚਨ ਕਰਦੇ ਧੰ ਧੰਵਾਦ ਆਈਸਰ ਸਿੰਘ ਮਹਾਰਾਜ ਜੀ ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ ਇੱਕ ਇੱਕ ਸਵਾਸ ਅਮੋਲਕ ਜਾਵੇ ਲੱਖਾਂ ਪੈਰ ਨਾਲ ਵੀ ਹੱਥ ਨਹੀਂ ਹੁੰਦਾ ਨਾਮ ਜਪਣ ਤੋਂ ਜਿਹਾ ਦਿੱਤੀ ਹਰ ਦਰਸ਼ਨ ਕੋ ਅੱਖੀ ਇੱਕ ਇੱਕ ਸਵਾਸ ਅਮੋਲਕ ਜਾਵੇ ਹੱਥ ਨਾ ਆਵੇ ਲੱਖੀ ਨਾਮ ਜਪਣ ਨੂੰ ਪਰਮੇਸ਼ਰ ਦੀ ਜੀਬਾ ਨਿਤ ਨਿਤ ਦਰਸ਼ਨ ਦਾਦਾਰ ਕਰਨ ਨੂੰ ਬਖਸ਼ੇ ਬੜਾ ਮਨੁੱਖ ਜਗਤ ਦੇ ਮੋਹ ਵਿੱਚ ਹੀ ਪੈ ਗਿਆ ਚਾਲੇ ਥੇ ਘਰ ਮਿਲਣ ਕੋ ਦੀਚੇ اٹਕਿਓ ਜੀ ਜਨਮ ਲਿਆ ਸੀ ਬਿਲਣ ਦੀ ਬਾਦ ਹੀ ਸੀ ਪਰ ਚਿੱਤ ਸੰਸਾਰ ਦੀ ਮੋਹ ਦੇ ਵਿੱਚ ਪਦਾਰਥਾਂ ਵਿੱਚ ਹੀ ਸੀਮਤ ਹੋ ਗਿਆ ਉਹਨੂੰ ਕਹਿੰਦਾ ਮੈਂ ਬੜਾ ਅਨੰਤ ਤਖਾਂ ਇੰਜ ਖਾਂ ਇੰਜ ਖਾਂ ਬੜੇ ਸੁਖ ਆਰਾਮ ਕੋ ਝੋਗ ਪਰ ਜਿਸ ਨੇ ਸਵਰਗ ਦੇਖਿਆ ਕੀ ਨਹੀਂ ਉਸ ਤੋਂ ਤੇਹੀ ਜਗਤ ਦੇ ਆਨੰਦ ਰਸ ਨੂੰ ਕੀ ਸਵਰਗ ਮੰਨ ਲੈਂਦਾ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਭੀਤ ਚਾਲੇ ਥੇ ਅਖਾਦ ਮਨਨ ਕੋ ਦੀਚੇ ਅਟਕੀ ਬਾਰੀ ਮਿਲੀ ਸੀ ਮਿਲਣੀ ਪਰ ਚੇ ਜਗਤ ਦੇ ਵੋ ਮਕਤਾ ਮਾਇਆ ਵਿੱਚ ਹੀ ਰਹੇ ਬਾਦਸ਼ਾਹ ਪਰਵਾਉਂਦੀ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਭਈ ਪਰ ਆਪਤ ਮਨੁਖ ਦੇਹ ਦੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਬਾਤ ਜੀ ਲਾਹਾ ਲਾ ਸਤ ਸੰਗਤ ਬਾਈਏ ਕਰਮੀ ਬਲ ਕਾਏ ਪਰਮੇਸ਼ਰ ਦੇ ਨਾਮ ਉਦਾਲਾ ਕਿੱਥੋਂ ਮਿਲਦਾ ਗੁਰੂ ਦੀ ਸੰਗਤ ਤੋਂ ਮਿਲਦਾ ਹੈ ਪਿਆਰੀ ਆ ਲਾਹਾ ਹਰ ਸਤ ਸੰਗਤ ਪਾਈ ਹੈ ਕਦਮੀ ਪੱਲੇ ਪਰਮੇਸ਼ਰ ਦੇ ਨਾਮ ਦਾ ਲਾਹਾ ਸਤ ਸੰਗਤ ਕਰਕੇ ਮਿਲਦਾ ਸਤ ਸੰਗਤ ਕਰਮਾਂ ਸਾਧ ਪੱਲੇ ਪੈਂਦੀ ਇੱਜਦੀ ਹੁੰਦੀ ਸੰਗਤ ਪ੍ਰਾਪਤ ਹੋਦੀ ਹੈ ਬੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਦ ਬਿਟੀ ਖਾਸੀ ਬੱਡ ਭਾਗੀ ਹਦ ਸੰਗਤ ਪਾਵੈ ਭਾਗਹੀਨ ਪ੍ਰਭ ਚੋਟਾਂ ਖਾਵੈ ਦਿਨ ਭਾਗਾ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਤਰੀ ਜਾਈ ਸਤ ਗੁਰ ਵੇਣ ਕੇ ਨਾ ਪਾਇਆ ਵਾਦ ਦੇਖੋ ਦੇ ਦਰ ਵਿਚਾਰੋ ਸਤ ਗੁਰੂ ਤੋਂ ਬਿਨਾ ਪਰਮੇਸ਼ਰ ਨੂੰ ਅੱਗੇ ਪਿਛੇ ਕਿਸੇ ਨੇ ਨਹੀਂ ਪਾਇਆ ਪਿਆ ਜਿਨ੍ਹਾਂ ਨੇ ਪਾਇਆ ਗੁਰੂ ਵਾਲੇ ਬਣ ਕੇ ਪਾਇਆ ਮਨ ਦੇ ਅੰਦਰ ਵਿਚਾਰ ਕਰਕੇ ਵੀ ਦੇਖ ਲਓ ਕਿ ਗੁਰੂ ਤੋਂ ਬਿਨਾ ਗਤ ਨਹੀਂ ਜਿਵੇਂ ਸ਼ਾਬਾਹ ਦਾ ਪਤਨੀ ਗੁਰੂ ਬਿਨਾ ਗਤ ਨਹੀਂ ਜੇ ਸੋ ਚੰਦਾ ਉਗ ਵਹ ਮਸੂਦੇ ਚੜੇ ਖਿਆਲ ਏਤੇ ਚਾਂਦਨ ਹੁੰਦਿਆਂ ਗੁਰਬਿਨ ਕੋਰਿਆਂ ਦਾ ਗੁਰੂ ਤੋਂ ਬਿਨਾਂ ਕਾਲ ਦਾ ਅੰਧੇਰਾ ਹੀ ਆਂਦੀਆ ਵੱਡਾ ਭਾਗੀ ਗੁਰ ਪਾਇਆ ਭਵ ਜਲ ਉਤਰੇ ਬਾਦ ਵੱਡਿਆਂ ਭਾਗਾਂ ਵਾਲਿਆਂ ਨੇ ਗੁਰੂ ਪਾਇਆ ਸੰਸਾਰ ਸਮੁੰਦਰ ਤੋਂ ਪਾਲ ਉਖਾਸ ਸਮੇ ਇਸ ਤਰ੍ਹਾਂ ਬੇਤੀਆਂ ਅਰਦਾਸਾਂ ਕਰਦੇ ਨਹੀਂ ਮੇਰੇ ਵਾਹੀ ਗੁਰੂ ਅਕਾਲ। ਖਾਦ ਨਾਮਾ ਖਾਦ ਠੀਕ ਹੈ ਖਾਦ ਖਾਦ ਨਾਮਯਾਦ। ਕੀ ਮੇਰੀ ਵਾਹੀ ਦੁੱਖਾਂ ਦੇ ਖਤ ਵਾਲੇ। ਖਾਦ ਪ੍ਰਕਾਰ ਸੇ ਗਦ ਵਖਤ ਦੇ ਨਾਮ ਦੀ ਓਟ ਹੈ ਪਾਤਸ਼ਾਹ। ਮਨ ਬਾਣੀ ਕਰਕੇ ਤੇਰੇ ਨਾਮ ਦਾ ਆਸਰਾ। ਕ੍ਰਿਪਾ ਕਰੋ ਗੁਰ ਬੇਲੋ ਹਰ ਜਿਓ ਪਾਵੋ ਮੁਖਰਾਰ ਹੀ ਮਿਦੀ ਅਜ ਜਿਓ ਕਿਰਪਾ ਕਰਕੇ ਗੁਰੂ ਨੂੰ ਬਲਾਵਾਂ ਕਿ ਮੈਂ ਗਿਆਨ ਧੋ ਪਾਵਾਂ ਮਸਤਕ ਲੈ ਲਾਡ ਲਿਖਿਆ ਧੁਰ ਠਾਕੂ ਮੇਟਣਾ ਜਾਏ ਜੋ ਸੋ ਬੜੀ ਠਾਕਦ ਨਹੀਂ ਆਲਤੋਂ ਮੱਥੇ ਪਰ ਉਤੋਂ ਮਦਮਦੀਚ ਲੇਖ ਲਿਖਿਆ ਪਿਆ ਰਿਓ ਆਪਣੀ ਬਸਟਕ ਤੇ ਲੇਖ ਲੇਖੇ ਹੋਏ ਬੜੇ ਡੂੰਗੇ ਲੇਖ ਨੇ ਆਦ ਪਾਰ ਦੇਖੋ ਪਰ ਬਧਾਤਾ ਨੇ ਉਹ ਲੇਖ ਲਿਖੀ ਲੇਖ ਦਾ ਬਿਟੀ ਇਹ ਸਖੀ ਜੋ ਲਿਖਿਆ ਕਰਤਾ ਅਮੇਠ ਪਰ ਗੁਰੂ ਦੀ ਵਕਸ਼ਸ਼ ਹੋ ਜਾਵੇ। ਜੋ ਕਿ ਗੁਰੂ ਨਾਨਕ ਦੇਵ ਘਰ ਲੇਖ ਲਿਖੇ ਜਾਂਦੇ। ਉਹ ਮਾਲਕ ਸਮਰੱਥ ਆਦ ਪੁੱਤਖ ਆਦ ਜਗਤ ਦਾ ਕਰਤਾ ਇਹ ਮਾਤਾ ਲਖਣੀ। ਇਸ ਲਖਣੀ ਮਾਤਾ ਜਦੋਂ ਸੰਗ ਹੋਇਆ ਰਾਮਦੇ ਜਨ ਸਾਧੂ ਦਾ। ਇਕ ਕਾਗਜ਼ سیاਹੀ ਕਲਮ ਲੈ ਆ ਜੀ ਜੇ ਤਨ ਪਾਤਸ਼ਾਹ ਦੀ ਜਨਾਂ ਵੀ ਜਦੋਂ ਬੇਨਤੀ ਕੀਤੀ ਕਿਉਂਕਿ ਇਹ ਸਵਤ ਰੱਬ ਦੀ ਜਨਾਂ ਤੋਂ ਮਿਲਦੀ ਹੈ ਕਿ ਕਿਵੇਂ ਮੰਗਣਾ ਕਿਵੇਂ ਅਰਦਾਸਾਂ ਬੇਤੀਆਂ ਕਰਨੀਆਂ ਨੇ ਗੁਰੂ ਅਮਰਦਾਸ ਮੁਸ਼ਿਹਦ ਸਵਰਤ ਪਾਤਸ਼ਾਹ ਕਿ ਪਾਤਸ਼ਾਹ ਉੱਥੇ ਵੀ ਤੁਸੀਂ ਲਿਖਣ ਖਾਸ ਸੀ ਹੁਣ ਕਿੱਥੇ ਪਾ ਕਰੋ ਵੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਤ ਪੁੱਤਰਾਂ ਦੀ ਰਾਤ ਦਿੱਤੀ ਉਹ ਕੈਸਾ ਮਾਲ ਹੈ ਆਪ ਜਗਤ ਦਾ ਕਰਤਾ ਆਦ ਪੁਰਖ ਹੈ ਕੋਈ ਦੂਜਾ ਨਹੀਂ ਜੋ ਇਸ ਲੋਕ ਵਿੱਚ ਗੁਰੂ ਉਹੀ ਦਰਗਾਹ ਵਿੱਚ ਹੈ ਕੋਈ ਦੂਜਾ ਨਹੀਂ ਜੋ ਬਾਦਸ਼ਾਹ ਫਰਮਾਉਂਦੇ ਨੇ ਮਸਤਕ ਲਲਾਟ ਲਿਖਿਆ ਧੁਰ ਠਾਕ ਦੇ ਮੇਟਣਾ ਨਾ ਜਾਏ ਕਿਉਂਕਿ ਠਾਕ ਨੇ ਲੇਖ ਲਿਖਿਆ ਠਾਕ ਹੀ ਵਟਾਵੇਗਾ ਕੋਈ ਦੂਜਾ ਨਹੀਂ ਕਰੇ ਮਸਤਕ ਲਲਾਟ ਲਿਖਿਆ ਧੁਰ ਠਾਕ ਦੇ ਮੇਟਣਾ ਨਾ ਜਾਏ ਜੋ ਉਤਮ ਮਦਮ ਨੀਚ ਲੇਖ ਬਧਾਤਾ ਨੇ ਲਿਖ ਦਿੱਤੀ ਉਹ ਮਿਟਦੇ ਨਹੀਂ ਅਮੇਟ ਨੇ ਪਰ ਗੁਰੂ ਨੇ ਘਰੇ ਆਇਆ ਵੱਡਾ ਦੁੱਖ ਛੋਟਾ ਹੋ ਕੇ ਨਿਕਲ ਜਾਂਦਾ ਸੂਲੀ ਤੋਂ ਸੂਲ ਬਣ ਕੇ ਨਾਨਕ ਸੇਜਨ ਪੂਰਨ ਹੋਏ ਜਿਨ ਘਰ ਭਣਾ ਭਾਇ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਭਾ ਗਿਆ ਉਹ ਪ੍ਰਸੰਨ ਨੇ ਮੇਰੀ ਵਾਹੀ ਗੁਰੂ ਦੇ ਹੁਕਮ ਰਜਾ ਵਿੱਚ ਸੋ ਕਰੀ ਦੀ ਤਿਸੇ ਰਜਾਏ ਕਿ ਜੋ ਮੇਰੀ ਵਾਹੀ ਗੁਰੂ ਨੇ ਕੀਤਾ ਭਲਾ ਨ ਚਗਾ ਉਹ ਪੁਰਖ ਪੂਰਨ ਹੋਏ ਨੇ ਜਿਨ੍ਹਾਂ ਦੀ ਬਾਣਾ ਮਿੱਠਾ ਕਰਕੇ ਮੰਨ ਲਿਆ ਮਾਲਾ ਰਮਾ ਖਲਾਤੀ ਜਾਉ ਬੇਦਗਣੀ ਜਗਵਰਤ ਦਾ ਤੇ ਗੁਣ ਕਰੇ ਵੀ ਜਾਦ ਪਾਤਸ਼ਾਹ ਪਰਮਉਦੇ ਦੇ ਬੇਦਵਾਣੀ ਵਿੱਚ ਸਾਦਾ ਜਗਤ ਵਰਤਦੀ ਆ ਤ੍ਰੈ ਗੁਣੀ ਵਿਸ਼ਿਆਂ ਦਾ ਵਿਚਾਰ ਕਰਦਾ ਰਜੋ ਗੁਣ ਤਮੋ ਗੁਣ ਤੇ ਸਤੋ ਬੇਦਨਾ ਵਾ ਜਮ ਡੰਡ ਸਹੈ ਮਰ ਜਨਮ ਵਾਰੋ ਵਾਦੂ ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਭਜਨ ਤੋਂ ਬਿਨਾ ਜਮਾਂ ਦਾ ਡੰਡ ਸਹੈ ਵਾਗ ਬਾਦ ਬਲਕੇ ਜਨਮ ਦਾ ਗੈ ਪਾਤਸ਼ਾਹ ਫਮੋ ਦੇ ਸਤ ਗੁਰੂ ਦੇਤੇ ਮੁਕਤ ਹੋਏ ਪਾਏ ਭੁਖ ਜਾਨ ਜਿਸ ਸਤ ਗੁਰੂ ਨੂੰ ਮਿਲੀਏ ਤੋ ਮੁਕਤ ਦਾ ਦੁਆਰਾ ਗਿਆਨ ਪਾ ਲਈਏ ਮੁਕਤ ਹੋ ਗਏ ਮਨ ਰੇ ਸਤ ਗੁਰੂ ਸੇਵ ਸਮਾਏ ਬੜਾ ਭਾਗ ਗੁਰਪੂਰਾ ਆਇਆ ਆਦੋ ਹਾਦੈ ਨਾਮਤ ਹੈ ਆਓ ਕੀ ਪਿਆਰੀਆਂ ਸਤਗੁਰੂ ਦੀ ਸੇਵਾ ਵਿੱਚ ਸਭਾ ਬਣਾ ਵੱਡੇ ਭਾਗਾਂ ਕਰਕੇ ਜਿਨ੍ਹਾਂ ਨੇ ਪੂਰਾ ਗੁਰੂ ਪਾਇਆ ਉਹ ਮੰਨ ਬਾਣੀ ਕਰਕੇ ਵਾਹੀ ਗੁਰੂ ਦੂਤਿ ਆਉਂਦੇ ਨੇ ਖਾ ਗ ਆਪਣੇ ਭਾਣੈ ਸ੍ਰੇਟ ਉਪਾਈ ਆਦਿ ਆਪੇ ਦੇ ਆਦ ਪਰਮੇਸ਼ਰ ਨੇ ਆਪਣੇ ਭਾਣੇ ਵਿੱਚ ਸਾਜੀ ਸੇਟੀ ਸਾਜੀ ਆਪੇ ਹੀ ਅਦਾਜ਼ ਦਿੰਦਾ ਹੈ ਹਾਰੇ ਆਪਣੇ ਭਾਣੇ ਮੰਨ ਦੇ ਰੋ ਬਲਕੀਆ ਖਾਲਸੇ ਨੂੰ ਲਗਾ ਪਿਆ ਪਰਮੇਸ਼ਰ ਨੇ ਆਪਣੇ ਭਾਣੇ ਵਿੱਚ ਜਿਨ੍ਹਾਂ ਦਾ ਮਦਦ ਦੇ ਬਲ ਕੀਤਾ ਤੇਨਾਂ ਦਾ ਪਰਮੇਸ਼ਰ ਸਾਜ ਪਿਆਰ ਲੱਗਿਆ ਹਾਦਕਾ ਪਾਣ ਸਤ ਗੁਰੂ ਭੇਟਿਓ ਸਭ ਜਨਮ ਸੁਵਾਰਣ ਹਾਰ ਸਭ ਜਨਮ ਸੁਵਾਨ ਹਾਲ ਸਤ ਗੁਰੂ ਵਾਹਿਗੁਰੂ ਦੇ ਬਾਣੇ ਵਿੱਚ ਮਿਲਿਆ ਵਾਹ ਬੋ ਬਾਣੀ ਸਤ ਹੈ ਗੁਰਮੁਖ ਬੂਜੈ ਕੋਇ ਤਾਂ ਤਾਂ ਅਸਚਲ ਜਦੂ ਕਰਕੇ ਕਥਨ ਕਰਨਾ ਹੀ ਬਾਣੀ ਸਤਿ ਕੋਈ ਗੁਦਭਖ ਹੀ ਵਚਦਾ ਵਾਹ ਵਾਹ ਕਰ ਪ੍ਰਭ ਸਲਾਹੀਐ ਤਿਸ ਜੀਵ ਵਡ ਅਵਰਨਾ ਕੋਈ ਵਾਹ ਵਾਹ ਕਰਕੇ ਪ੍ਰਭੂ ਨੂੰ ਸਲਾਣਾ ਕਰੀਏ ਗੁਣ ਗਾਈਏ ਗੁਰੂ ਨਾਨਕ ਦੇ ਤੇ ਤੁਲ ਕੋਈ ਵੱਡਾ ਨਹੀਂ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਾ ਲਾਖੀ ਮੇਰੀ ਸਾਚਾ ਸਾਖ ਆਪੇ ਬਖਸ਼ੇ ਮੇਲੇ ਲੇ ਕਰਮੁ ਪ੍ਰਾਪਤ ਹੋਏ ਜਦ ਤੇਰੀ ਕਿਰਪਾ ਦੀ ਪ੍ਰਾਪਤੀ ਹੋ ਜਾਵੇ ਤਬ ਆਪੇ ਬਖਸ਼ ਕੇ ਆਪਣੇ ਸਾਥ ਮਿਦਾ ਵਾਹੀ ਗੁਰੂ ਬਲਾ ਲੈਂਦਾ ਸਾਚਾ ਸਾਹਿਬ ਬਾਹਰ ਉਹ ਸਤ ਗੁਰ ਦਿਆ ਦਿਖਾਏ ਸੱਚਾ ਸਾਹਿਬ ਜੋ ਪ੍ਰਧਾਨ ਮੁਖ ਕੈ ਸੋ ਸਤ ਗੁਰੂ ਨੇ ਦਿਖਾ ਦਿੱਤਾ ਅਮਰਤ ਵਰਸੈ ਮਨ ਸੰਤੋਖੀਐ ਸਚ ਰਹਿ ਲੇਵਲਾਏ ਗੁਰੂ ਅਪਦੇਸ਼ ਅਮਰਤ ਵਸਣੇ ਕਰਕੇ ਜਿਸ ਦੇ ਮਨ ਵਿੱਚ ਸੰਤੋਖ ਹੋਇਆ ਉਹ ਸੱਚ ਵਿੱਚ ਲੇਵਲਾ ਰਹੇ ਖਾਦ ਕੈ ਨਾਏ ਸਦਾ ਹਾਰਿਆ ਆਵਲੀ ਤੇ ਸੁਖ ਕੈ ਨਾ ਕਮ ਲਾਏ ਪਰਮੇਸ਼ਰ ਦੇ ਨਾਮ ਗੁਨਾ ਦੂਤੀ ਹਰੀਆਵ ਦੀ ਸਦੀਵੀ ਰਹਿੰਦੀ ਹੈ ਪਿਆਰਿਓ ਨਾਮ ਦੀ ਬਖਸ਼ਿਸ਼ ਬੋੜੋ ਕਬਲਾ ਕੀ ਸੁਖ ਦੀ ਨਹੀਂ ਗੁਣ ਘਰੇ ਰਹਿੰਦੇ ਨੇ ਮੁਰਝਾਮ ਦੇ ਨਹੀਂ ਨਾ ਭਾਵ ਹੁੰਦੇ ਬੈਨ ਸਤ ਗੁਰ ਕਿਨੇ ਨਾ ਪਾਇਓ ਮਨ ਵੇਖੋ ਕੋ ਪਤੀ ਆਏ ਗੁਰੂ ਤੋਂ ਬਿਨਾ ਗੁਣਾ ਨੂੰ ਕਿਸੇ ਨੇ ਨਹੀਂ ਪਾਇਆ ਕੋਈ ਮਨ ਵਿੱਚ ਨੀਚੇ ਕਰਕੇ ਵੀ ਦੇਖ ਲਾਓ ਖਾਦ ਕੇ ਰਪਾਤੇ ਸਤ ਗੁਰ ਬਾਈਆਂ ਠੇਟ ਸਹਿਜ ਸੁਭਾਏ ਵਾਹਿਗੁਰੂ ਦੀ ਕਿਰਪਾ ਤੇ ਗੁਰੂ ਮਿਲਦਾ ਸ਼ਾਂਤੀ ਸੁਭਾਅ ਪ੍ਰਾਪਤ ਹੋ ਜਾਂਦਾ ਮਾਨਮੋਕ ਭਰਮ ਗੁਲਾਇਆ ਬਿਨਾਂ ਭਾਗਾਂ ਹਾਲ ਧਨ ਨਾ ਪਾਵੇ ਬੰਦ ਮੁਖਾਂ ਨੂੰ ਭਰਮ ਨਹੀਂ ਪੁਲਾ ਦਿੰਦਾ ਬਿਨਾਂ ਭਾਗਾਂ ਤੋਂ ਹਰੀ ਧਿਆਨ ਪਾਇਆ ਨਹੀਂ ਜਾਂਦਾ ਪਿਆਰਿਓ ਤੰ ਤੰਦਵਾ ਬਾਈ ਸਤਸੰਗ ਮਹਾਰਾਜ ਜੀ ਨੇ ਬਖਸ਼ਣ ਕਰਦੀਆਂ ਭਾਈ ਭਾਗ ਵੀ ਬਣਾਇਆ ਬਣਦੇ ਨੇ ਉਦਮ ਕਰੇਂਦੇ ਆ ਜੀਓ ਤੋ ਕਮਾਉਂਦੇ ਆ ਸੁਖ ਪਹੁੰਚ ਧਿਆਏਂ ਦੀਆਂ ਤੂ ਪ੍ਰਭੂ ਬਿਨਾਨਦ ਕਉ ਉਤਰੀ ਚੰਦ ਉੱਦਵੀ ਵਾਣਾ ਤੇਰੇ ਭਾਗ ਕਦੋਂ ਬਣਗੇ ਸੇਵਾ ਤੇ ਸਿਮਰਨ ਕਰੇਗਾ ਪਾਤਸ਼ਾਹ ਪਰਮਉਦੇ ਨੇ ਮਨ ਮੁਖ ਪਰਮ ਕੋ ਲਾਇਆ ਬਿਨ ਭਾਗਾ ਹਰ ਧਨ ਦਾ ਪਾਏ ਤ੍ਰੈ ਗੁਣ ਸਵਾਰ ਧਾਤ ਗੈ ਪੜ ਪੜ ਕਰੇ ਦੀ ਜਾ ਤ੍ਰੈ ਗੁਣੀ ਸੰਸਾਰ ਸਭ ਧਵਨੇ ਵਾਲਾ ਜੋ ਤਿੰਨਾ ਗੁਣਾ ਵਿੱਚ ਹੈ ਰਜੋ ਗੁਣ ਤਮੋ ਗੁਣ ਸਤੋਕ ਸਦੀਵੀ ਰਹਿਣ ਵਾਲਾ ਸਭ ਪਰੜ ਪਰਗੇ ਤਿੰਨਾਂ ਗੁਣਾਂ ਵਿੱਚ ਵਿਚਾਰ ਕਰਦੇ ਸੁਵਦ ਯਾਦ ਕਰ ਸੁੱਖਾਂ ਨੂੰ ਸ੍ਰਿਸ਼ਟ ਜਾਣਦੇ ਨਹੀਂ ਕਿਉਂਕਿ ਸੁੱਖ ਉਸ੍ਰਿਸ਼ਟ ਨਹੀਂ ਸਦੀਵੀ ਰਹਿਣ ਵਾਲੀ ਉਹ ਸੁੱਖ ਦੀ ਜਾਂ ਇੱਦਦ ਪੂਰੀ ਛੇ ਪੂਰੀ ਬ੍ਰਹਿਮ ਪੂਰੀ ਆਦਿਕ ਪੂਰੀਆਂ ਨਹੀਂ ਉਹ ਵੀ ਇੱਕ ਦਿਨ ਦਾਸ ਹੋ ਜਾਣੀਆਂ ਨੇ ਜਾ ਤੱਕ ਮੁੱਖ ਦੀ ਪੁੰਨ ਨੇ ਉਦੋਂ ਤੱਕ ਸਵਰਗ ਵਿੱਚ ਲੋਪੋਂ ਖਤਮ ਹੋ ਗਏ ਫਿਰ ਉਸ ਵਿੱਚੋਂ ਬਾਹਰ ਕੱਢਿਆ ਜਾਂਦਾ ਤੋ ਐ ਗੁਣ ਸਭ ਆਤਾ ਹਾ ਤ ਹੈ ਪੜ ਪੜ ਕਰੀ ਵੀ ਚਾ ਮੋਕਤ ਕਦੇ ਨਾ ਹੋ ਬਈ ਨਾ ਪਾਇ ਨ ਮੋਖ ਦਵਾ ਸਤਗੁਰੂ ਪਰਮਾਉਦੇ ਨੇ ਜਿਨ੍ਹਾਂ ਨੂੰ ਮੁਕਤੀ ਕਦੇ ਪ੍ਰਾਪਤ ਹੋ ਜੀ ਕਿਉਂਕਿ ਉਹ ਮੋਕ ਗਿਆਨ ਨੂੰ ਨਹੀਂ ਹੋ ਗਏ ਬਿਨ ਸਤਗੁਰ ਬੰਧਨ ਦਾ ਟੁੱਟ ਹੀ ਨਾ ਬਨ ਲੱਗਿਆ ਬਿਨ ਸਤਗੁਰ ਦੇ ਜੀਵ ਤੇ ਜਨਮ ਆਦੀ ਆਦਿਕ ਬੰਧਨ ਨਹੀਂ ਟੁੱਟਦੇ ਬਿਨ ਗੁਰੂ ਨਾਮੀ ਵਿੱਚ ਉਹਨਾਂ ਦਾ ਪਿਆਰ ਵੀ ਨਹੀਂ ਲੱਗਦਾ ਪੜ ਪੜ ਪੰਡਤ ਮੋਨੀ ਥਕੇ ਵੇਦੋਂ ਕੋ ਆਵਿਆਸ ਪਾਤਸ਼ਾਹ ਪਰਮਉਦੇ ਨੇ ਵੇਦਾਂ ਦਾ ਪਾਠ ਪੜ੍ਹ-ਪੜ੍ਹ ਕੇ ਪੰਡਿਤ ਥੱਕ ਗਏ ਮੋਨੀ ਮੋਨ ਕਰਕੇ ਵੇਦ ਬਾਣੀ ਵੇਦ ਅਵਿਆਸ ਕਰਕੇ ਥੱਕ ਗਏ ਹਰ ਨਾਮ ਚਿਤ ਨਾ ਆਵੈ ਦਹ ਦੇਜ ਕਰ ਹੋਵੈ ਵਾਸ ਜੇ ਪਰਮੇਸ਼ਰ ਦਾ ਨਾਮ ਚਿਤ ਵਿੱਚ ਨਹੀਂ ਆਉਂਦਾ ਤੋ ਸਵੇ ਸੁ ਵਿੱਚ ਨਵਾਸ ਵੀ ਨਹੀਂ ਹੁੰਦਾ ਜਾ ਬਕਾਲੋ 세ਰੋ ਦਾ ਉਤਰੈ ਅੰਤ ਕਪਟ ਬਨਾਸ ਪਾਤਸ਼ਪ ਮਉਂਦੇ ਨੇ ਜਨਮ ਤੇ ਮਨਸੇ ਤੂਤ ਦਾਨੀ ਅੰਤਰ ਕਪਟ ਰਖਣੇ ਸੀ ਜੀਵ ਦਾ ਬਨਾਸ ਹੋ ਜਾਂਦਾ ਖਾਦਨਾ ਵੈਨੋ ਸਭ ਕੋ ਪਰਤਾਪ ਦਾ ਬਿਨ ਭਾਗਾ ਕਾਇਆ ਨਾ ਜਾਏ ਪਰਮੇਸ਼ਰ ਦੇ ਨਾਮ ਨੂੰ ਸਭ ਕੋਈ ਚਾਹੁੰਦਾ ਪਰ ਤੂੰ ਬਿਨਾ ਉਸ ਤੋਂ ਭਾਗਾ ਤੋਂ ਕਿਆ ਦੀਓ ਪਾਇਆ ਨਹੀਂ ਜਾਂਦਾ ਨਾਦਰ ਕਰੇ ਗੁਰ ਭੇਟੀ ਹੈ ਖੜਾ ਨਾਮ ਵਸੇ ਮਨ ਆਏ ਪਰਮੇਸ਼ਰ ਮੇਰਾ ਵਹੀਂ ਗੁਰੂ ਤਦ ਕਰੇ ਤੋ ਗੁਰੂ ਤੋਂ ਵਿਲੀਏ ਖੜਾ ਨਾਮ ਮਨ ਵਿੱਚ ਆ ਵਸਦਾ ਨਾਮ ਕ ਨਾਮ ਹੀ ਪਤਿ ਉਪਜੈ ਆਦਿ ਸਿਉ ਰੋਸਮਾਇ ਨਾਮ ਤੇ ਹੀ ਪਤ ਪਦਗਟ ਹੁੰਦੀ ਹੋਏ ਨਾਮ ਜਪ ਕੇ ਹੀ ਹੀ ਮੇਰੇ ਵਾਹਿਗੁਰੂ ਤੇਰੇ ਸਾਥ ਸਬਾਵਨ ਸਮਾ ਜਾਇਦਾ ਮਲਾ ਰਹੋ ਮਹੱਲਾ ਤੀਜਾ ਆਸ਼ਟ ਪਦੀ ਘਰ ਦੂਜਾ ਇਕ ਓਅੰਕਾਰ ਸਤ ਗੁਰ ਪਰਸਾਦ ਆਦਿ ਮਾਲਕ ਨੇ ਪਾ ਕਰੇ ਗੁਰ ਕੀ ਕਾਰ ਹੈ ਲੈ ਦੁਖ ਪਲ ਰ ਹਰਨਾ ਬਸਾਏ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਾਪ ਦੀ ਅਵਦੇਸ਼ ਦੇ ਨੇ ਨੇ ਜਦ ਪਰਮੇਸ਼ਰ ਆਪਣੀ ਕਿਰਪਾ ਕਰਦਾ ਤਬ ਜਗਿਆ ਸੂ ਗੁਰੂ ਦੀ ਕਾਰ ਵਿੱਚ ਲਾ ਦਿੰਦਾ ਸਮਝੋ ਇਹ ਵਾਹੀ ਗੁਰੂ ਦੀ ਬਖਸ਼ਿਸ਼ ਕੀਤੀ ਖਾਦ ਖਾਲ ਤੇਪਾ ਕਰੇ ਗੁਰ ਕੀ ਕਾਰ ਲਾਏ ਜਿਸ ਸਮੇਂ ਪਰਮੇਸ਼ਰ ਦਿਆਲ ਹੋਵੇ ਕਿਰਪਾ ਕਰੇ ਫਿਰ ਗੁਰੂ ਦੀ ਕਾਲ ਤਹਲ ਵਿੱਚ ਲਾਉਂਦਾ ਹੈ ਦੁੱਖ ਪਾਲ ਦੇ ਸਾਰੇ ਨਾਮ ਵਸਾਈ ਦੁੱਖ ਨੂੰ ਤਿਆ ਕੇ ਪਰਮੇਸ਼ਰ ਦਾ ਨਾਮ ਉਹ ਜਗਿਆ ਸੁ ਮਨ ਵਿੱਚ ਵਸਾ ਲੈਂਦਾ ਹੈ ਸਾਚੀ ਗਤ ਸਾਚੈ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਸੱਚੀ ਵਿੱਚ ਚਿੱਤ ਲਾਏ ਆ ਸੱਚੀ ਗਤੀ ਹੋ ਜਾਂਦੀ ਗੁਰੂ ਸ਼ਬਦ ਨੂੰ ਬਾਣੀ ਬਾਣੀ ਨੂੰ ਸੁਣਦੇ ਔਰ ਸੁਣਾਵੰਦੇ ਆ ਪਾਤਸ਼ਾਹ ਸਮਾਉਂਦੇ ਨਹੀਂ ਗੁਰ ਕੀ ਬਾਣੀ ਸ਼ਬਦ ਸੁਣਾਏ ਕਿਉਂਕਿ ਵੱਡਾ ਫਲ ਮਹਾਤਮ ਹੈ ਮਾਨ ਮੇਰੇ ਹਾਦ ਹਦ ਸੇਵਨ ਦਾ ਗੋਦ ਕੇ ਦਾ ਪਾਤੇ ਹਾਦ ਧਨ ਪਾਈ ਆ ਅਨੰਦਨ ਲਾ ਕੇ ਸਹਿਜ ਜਤਿਆ ਨੋ ਲਾ ਹੀ ਮੇਰੀ ਪਿਆਰੀਆ ਮੰਨ ਕਰਕੇ ਖਾਦ ਖਾਦਦਾ ਦਾ ਪਰਮੇਸ਼ਰ ਨੂੰ ਸੇਵਣਾ ਕਰ ਜਪਣਾ ਗੁਰੂ ਦੀ ਕਿਰਪਾ ਤੇ ਪਰਮੇਸ਼ਰ ਨਾਮ ਧਨ ਮਿਲਦਾ ਹੈ ਵਾਹਿਗੁਰੂ ਜੀ ਗੁਰੂ ਕਿਰਪਾ ਕਰਦਾ ਹੈ ਰਾਤ ਦੇ ਸੂਬ ਚ ਧਿਆਨ ਲੱਗ ਜਾਂਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਦੇ ਨਪੇਰ ਕਾਮਣ ਕਰੇ ਸੀਗਾ ਦੋ ਚਾਲਣੀ ਕਹੀ ਹੈ ਦਿੱਤ ਹੋਏ ਖਵਾਲ ਜੋ ਦੋਹਾ ਗਣੀ ਇਸ ਦੀ ਪਤੀ ਤੋਂ ਬਿਨਾ ਸ਼ਗਾਦ ਕਰਦੀ ਹੈ ਗਾ ਸ਼ਗਾਦ ਪਤੀ ਤੋਂ ਬਿਨਾ ਇਹਨੂੰ ਦੁਰਾ ਚਾਲਣੀ ਕਿਹਾ ਜਾਂਦਾ ਉਸ ਇਸਤਰੀ ਨੂੰ ਖੋਟੇ ਲਖਣਾ ਵਾਲੀ ਬਿਆਨ ਕੀਤਾ ਜਾਂਦਾ ਜੋ ਪਤੀ ਤੋਂ ਬਿਨਾ ਹਾ ਸ਼ਗਾਦ ਕਰਦੀ ਸਦੀਵੋ ਖਵਾਜੀ ਜੀ ਮਨ ਮੁਖ ਕਾਯੋ ਬਾਦ ਅਚਾਰ ਬਹੁ ਕਰਮ ਦਿਲੜਾਵੇ ਨਾਮ ਵਿਸਾਰ ਗੁਰੂ ਅਮਰਦਾਸ ਮਹਾਰਾਜ ਜੀ ਤੁਮੋਂ ਦੀ ਨੀ ਪਿਆਰੀਓ ਇਸ ਪ੍ਰਕਾਰ ਮਨ ਮੁਖਾਂ ਦਾ ਇਕਲ ਤੋਂ ਵਿਅਸਤ ਜੋ ਨਾਮ ਨੂੰ ਵਿਸਾਰ ਕੇ ਬਹੁਤੇ ਕਰਮਾਂ ਨੂੰ ਲੜਦੇ ਦਲੜਾਉਦੇ ਨੇ ਨਾਮ ਨੂੰ ਪੁਲਾ ਨਾਮ ਨਹੀਂ ਚੱਬਦੀ ਹੈ ਮੰਦ ਮੁਖ ਕਾ ਇਹੋ ਬਾਦ ਆਚਾਰ ਬਹੁ ਕਦਮ ਦਰੜਾਵੇ ਹੀ ਨਾਮ ਅਸਾਰ ਗਰਮ ਕ ਕਾਮਣ ਬਣਿਆ ਸਿੰਘਾਦ ਸ਼ਬਦ ਦੇ ਪੈਰ ਧਾਖਿਆ ਔਰ ਧਾਰ ਗੁਰਮੁਖ ਕਾਮਣੀਆਂ ਦਾ ਸ਼نگਾਸ਼ੋਭ ਨਹੀਂ ਕੋ ਹੋਇਆ ਗੁਰੂ ਸ਼ਬਦ ਕਰਕੇ ਤਿਨਾਂ ਨੇ ਪਰਮੇਸ਼ਰ ਹਿਰਦੇ ਵਿੱਚ ਧਾਰਨ ਕਰ ਰੱਖਿਆ ਇਹ ਇੱਕ ਅਕਲਸ਼ਾਨ ਹੋ ਬੈਵਾ ਸੁਭਾਵਤੀ ਕਹੀ ਹੈ ਜੀ ਨਾਲ ਹੰਤਾ ਤੇ ਮਮਤਾ ਨੂੰ ਮਾਦ ਕੇ ਜੋ ਇੱਕ ਨੂੰ ਪਹਿਚਾਨਦੀ ਹੈ ਸੋ ਇਸਤ ਦੀ ਸੁਭਾਵਤੀ ਕਹੀ ਜਾਂਦੀ ਹੈ ਬੇਨਗੁਰ ਦਾਤੀ ਕਿਨੇ ਦਾ ਆ ਮਨਮੁਖ ਲੋਭ ਦੁਜੈ ਲੋਭ ਆ ਗੁਰੂ ਦਾਤੀ ਤੋਂ ਬਿਨਾ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪ੍ਰਾਪਤੀ ਨਹੀਂ ਹੋਈ ਗੁਰੂ ਦਾਤੀ ਤੋਂ ਮਨਮੁਖ ਲੋਭੀ ਦ્વੈਤ ਵਿੱਚ ਲੁਵਾਏ ਮਾਨੋ ਐਸੇ ਗਿਆਨੀ ਭੂਜੋ ਕੋਈ ਬੇ ਨਗੁਰ ਭੇਟੇ ਬੁਗਤ ਨਾ ਹੋਏ ਕੋਈ ਗਿਆਨੀ ਪੁੱਛ ਲਵੋ ਸਭ ਇਸ ਤਰ੍ਹਾਂ ਕਹਿੰਦੇ ਨੇ ਗੁਰੂ ਭੇਟੇ ਬਿਨਾ ਪਿਆਰੀਓ ਬੁਗਤੀ ਨਹੀਂ ਹੁੰਦੀ ਕਹਿ ਕਹਿ ਕਹਿਣ ਕਹੈ ਸਭ ਕੋਏ ਬੇ ਨਾਮ ਨਮੂਏ ਭਗਤਰਾ ਹੋਏ ਕਈਆਂ ਹੋਈਆਂ ਕਹਾਣੀਆਂ ਨੂੰ ਸਭ ਕੋਈ ਕਹਦਾ ਅ ਤੂੰ ਬਨੂਏ ਬਿਨਾ ਭਗਤੀ ਪ੍ਰਾਪਤ ਨਹੀਂ ਤੂੰ ਦੇਨ ਮੰਨ ਮੰਗੇ ਭਗਤ ਨਾ ਹੋਏ ਗਿਆਨ ਮਤੀ ਕਮਲ ਪਰਗਾਸ ਤਿਤ ਘਟ ਨਾਮੈ ਨਵਨ ਵਾਸ ਗਿਆਨ ਦੇ ਗਹਿਣ ਜੋਗ ਜਿਨ੍ਹਾਂ ਦੀ ਬਤੀ ਹੈ ਜਿਨ੍ਹਾਂ ਦਾ ਹਿਰਦਾ ਕਮਲ ਪਰਪਲਤ ਹੋਇਆ ਇਸ ਗੇਧੇ ਵਿੱਚ ਨਾਮ ਦੀ ਜਪਣ ਕਰਕੇ ਨਾਮੀ ਦਾ ਪਿਆਰ ਉਹ ਜਵਾਸ ਹੋ ਜਾਂਦਾ ਹੋ ਮੈਂ ਭਗਤ ਕਰੇ ਸਭ ਕੋਈ ਨਾਮ ਬੰਧ ਭੀਜੇ ਨਾ ਸੁਖ ਹੋਏ ਖੋ ਮੀਨੀ ਬਿ ਸਭ ਕੋਈ ਭਗਤੀ ਕਰਦਾ ਕਿ ਮੈਂ ਬੜਾ ਨਾਮ ਜਪਦਾ ਮਣੀ ਬਾਣੀ ਪੜਨਾ ਪਾਤਸ਼ਾਹ ਫਰਮਾਉਂਦੇ ਨੇ ਹੋ ਨਾ ਭਗਤ ਕਰੇ ਸਭ ਕੋਈ ਨਾਮ ਬੰਧ ਭੀਜੇ ਨਾ ਸੁਖ ਹੋਏ ਇਤੇ ਨਾ ਤਾਂ ਮਨ ਹੀ ਸਨਿੰਗਤ ਹੁੰਦਾ ਮਨ ਨਹੀਂ ਭਜਦਾ ਮਨ ਨਹੀਂ ਜੁੜਦਾ। ਨਾ ਸੋਖਾ ਹੀ ਮਿਲਦਾ। ਕਿਉਂਕਿ ਖੋਬੇ ਦੇ ਵਿੱਚ। ਜਿੱਥੇ ਖੋਬੇ ਉੱਥੇ ਨਾਮ ਨਹੀਂ ਵਸਦਾ। ਪਾਤਸ਼ਾਹ ਫਰਮਾਉਂਦੇ ਨੇ ਖੋ ਮੈਂ ਨਾਮੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕੱਠਾਏ। ਜਿੱਥੇ ਖੋਮੇ ਉੱਥੇ ਨਾਮ ਜਿੱਥੇ ਨਾਮ ਉੱਥੇ ਖੋਮੇ ਵੀ ਨਹੀਂ। ਜਿੱਥੇ ਹੋਵੇ ਉੱਥੇ ਨਾਮ ਦੀ ਵਸਤਾ ਜਿੱਥੇ ਨਾਮ ਉੱਥੇ ਹੋਵੇ ਮੀਂਹ ਪਾਤਸ਼ਾਹ ਫਮਾਉਂਦੇ ਨਹੀਂ ਖੌਮੈ ਭਗਤ ਕਰੇ ਸਭ ਕੋ ਨਾਮ ਮੰਨ ਪੀਜੇ ਨਾ ਸੁਖ ਹੋਏ ਕਹਿ ਕਹਿ ਕਹਿਣ ਆਪ ਜਾਣਾਈ ਦੇਰਤੀ ਭਗਤ ਸਭ ਜਨਮ ਗਵਾਏ ਕਿਆ ਕਿਆ ਕੇ ਕਹਾਣੀਆਂ ਨੂੰ ਆਪ ਨੂੰ ਜਣਾਉਂਦਾ ਤੇ ਦੀ ਭਗਤ ਸਭ ਦਿਸਪਲ ਚਲੀ ਜਾਂਦੀ ਹੈ ਪਿਆਰੀ ਯਾਰ ਇਸ ਦੀ ਜਨਮ ਨੂੰ ਗਵਾ ਲੈਂਦਾ ਕੋਈ ਲਾਹਾਂ ਜਿੰਦਾ ਸੇ ਭਗਤ ਸਤ ਗੁਰ ਮਨ ਭਾਏ ਆਨੰਦ ਨਾਮ ਦੇ ਲੈ ਬਰਾਈ ਉਹ ਭਗਤਾਂ ਦੇ ਜੋ ਸਤ ਗੁਰੂ ਦੇ ਮੱਧ ਵਿੱਚ ਭਾਗੇ ਪਿਆਰੇ ਲੱਗੇ ਰਾਤ ਨਾਮ ਵਿੱਚ ਬੇਤੀ ਲਾ ਲਿਖੀ ਸਾਧ ਹੀ ਇਹ ਨਾਮ ਵੇਖੇ ਹਜੂਰ ਗੋਲ ਕੈ ਸ਼ਬਦ ਰਹਾ ਪਰ ਭੂਰ ਸਦੀਵ ਨਾਮ ਨੂੰ ਜਪ ਕੇ ਪਰਮੇਸ਼ਰ ਨੂੰ ਸਮੀਬ ਦੇਖਦੇ ਨੇ ਜਾਣਦੇ ਨੇ ਗੁਰੂ ਦੇ ਸ਼ਬਦ ਕਰਕੇ ਤੈਨਾਂ ਨੇ ਭਰਪੂਰ ਹੋ ਰਿਆ ਜਾਣੇ ਆਪੇ ਬਖਸ਼ੇ ਦੀਪਿਆਰ ਹੋ ਮੈ ਰੋਗ ਵੱਡਾ ਸੰਸਾਰ ਸਤਿਗੁਰੂ ਫਰਮਾਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਪਿਆਰੇ ਹੋ ਆਪੇ ਬਖਸ਼ੇ ਦੀਪਿਆਰ ਹੋ ਮੈ ਰੋਗ ਵੱਡਾ ਸੰਸਾਰ ਪ੍ਰਮੇਸ਼ਰ ਆਪੇ ਬਖਸ਼ਦਾ ਹੈ ਆਪਣਾ ਪਿਆਰ ਦਿੰਦਾ ਬਖਸ਼ਿਸ਼ਾ ਕਰਦਾ ਇਸ ਦੰਸਾਲ ਨੂੰ ਰੋਮੇ ਦਾ ਵੱਡਾ ਰੋਗ ਲੱਗਿਆ ਕੋਇਆ ਗੋਦ ਕੇ ਰਪਾਤੇ ਇਹੋ ਰੋਗ ਜਾਏ ਦਾ ਸੱਚੇ ਸੋਚ ਸਮਾਏ ਪਾਪ ਚੋਂ ਪਰਮਉਦੀ ਨਹੀਂ ਖੋ ਮੈਂ ਦੀਦ ਰੋਗ ਹੈ ਦਾਦੂ ਪੀ ਇਸ ਮੇਂ ਕਿਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਜੀ ਕਿਰਪਾ ਹੋ ਜਾਵੇ ਮੇਰੇ ਵਾਂਗ ਹੀ ਗੁਰੂ ਦੀ ਬਿਲਕੁਲ ਸ਼ਬਦੀ ਕਿਰਮਤੀਆ ਬਣ ਜਾਂਦਾ ਹੋ ਮੇਰਾ ਰੋਗ ਠੀਕ ਆ ਜਾਂਦਾ ਗੁਰ ਗ੍ਰਿਪਾ ਤੇ ਇਹੋ ਰੋਗ ਜਾਏ ਕਿਉਂਕਿ ਇਹ ਰੋਗ ਹੋਵੇ ਦਾ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਜਾਂਦਾ ਗੁਰੂ ਦੀ ਬਖਸ਼ਿਸ਼ ਨਾਲ ਖੋਮੀ ਦਾ ਰੋਗ ਚਲਾ ਜਾਂਦਾ ਕਿਉਂਕਿ ਜਿੱਥੇ ਖੋਵੇਂ ਖੋਵੇਂ ਕੀ ਹੈ ਖੋਵੇਂ ਬੇ ਕੀ ਤੋਂ ਮੈਂ ਕਹਾਂਗਾ ਵਹਿ ਕਰਦੀ ਬੇਰੀ ਬਿਨੋ ਹੋਣਾ ਹੌਮੇ ਪਾਤਸ਼ਾਹ ਤੁਮੋਂ ਦੇਈ ਗੁਰ ਕਿਰਪਾ ਤੇ ਹੋ ਰੋਗ ਜਾਏ ਨਾਮ ਸਾਚੈ ਸਾਚ ਸੋਇ ਆਪੇ ਬਖਸ਼ੀ ਦੇ ਪਿਆਰ ਹੌਮੇ ਰੋਗ ਵੱਡਾ ਸੰਸਾਰ ਇਹ ਰੋਗ ਗੁਰੂ ਦੀ ਕਿਰਪਾ ਤੇ ਜਾ ਜਾਂਦਾ ਹੈ ਗੁਰੂ ਬਖਸ਼ਿਸ਼ ਕਰੇ ਰਹਿਮਤ ਕਰੇ ਹੌਮੇ ਦਾ ਰੋਗ ਟਿੱ ਜਾ ਜਾਂਦਾ ਯੋ ਸੱਚੀ ਉਪਦੇਸ਼ ਕਰਕੇ ਸੱਚ ਸੂਪ ਵਿੱਚ ਸਮਾ ਜਾਂਦਾ ਹੈ ਇੱਕ ਹੋ ਜਾਂਦਾ ਹੈ ਆ ਦਾ ਗਮਲਾ ਸ਼ੰਤ ਮਹੱਲਾ ਪੰਜੋ ਵਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਨੇ ਜਨ ਸੰਗ ਰਾਤੇ ਕੇ ਪ੍ਰੀਤਮ ਪ੍ਰੇਮਾ ਭਗਤੀ ਦੇ ਦਾਤੇ ਆਪਣੇ ਦਾਸ ਦੇ ਸੰਗ ਪ੍ਰੀਤ ਕਰ ਦੇਗੋ ਜਨ ਸੰਗ ਰਾਤੇ ਦਿਨ ਸੋ ਰਾਤੇ ਇਕ ਦੇਮਖ ਮਨੋਨਾ ਵਿਸਰ ਜਨ ਸੰਗ ਰਾਤੇ ਦੇਨ ਸੋ ਰਾਤੇ ਇੱਕ ਨਿਵਕ ਮਨੋ ਦਾ ਵੀਸਰੈ ਰਾਤ ਜਨਾਂ ਦੇ ਸੰਗ ਰਤੇ ਰਹਦੇ ਹੋ ਮੇਰੀ ਪਰਮੇਸ਼ਰ ਵਾਹੀ ਗੁਰੂ ਨਿਵਕ ਬਾਤਾਂ ਵੀ ਤੇਰੇ ਮਨ ਤੋਂ ਨਹੀਂ ਭੁੱਲਦੇ ਤੇਰੇ ਜਨ ਪਿਆਰੇ ਜਦ ਕਹਿ ਸੰਗ ਵਸੈ ਦਿਨ ਰਾਤ ਦਿਨ ਤੇ ਰਾਤ ਵਸਤ ਸੰਤ ਕਹਿ ਸੰਗ ਵਸੈ ਦਿਨ ਰਾਤ ਕਿਉਂਕਿ ਪਰਮੇਸ਼ਰ ਸੰਤਾਂ ਦੇ ਸੰਗ ਦਿਨ ਰਾਤ ਵਸਤ ਤਾ ਉਹਨਾਂ ਦੇ ਬਾਤ ਤੇ ਤੁਸੀਂ ਇੱਕ ਨਿਮਕ ਮੱਤਰ ਵੀ ਵਿਸਰਦੇ ਨਹੀਂ ਭੁੱਲਦੇ ਇੱਕ ਨਿਮਕ ਮਨ ਉਹਦਾ ਵੇਖਦਾ ਹੈ ਗੋਪਾਲ ਗੁਣ ਦੇ ਦਸਦਾ ਸੰਗੇ ਸਰਬ ਗੁਣ ਜਗਦੀਸ਼ ਪਾਤਸ਼ਾਹ ਫਮਉਂਦੇ ਨੇ ਕਿ ਗੋਪਾਲ ਗੁਣਾ ਦੇ ਸਮੁੰਦਰ ਮੇਰੇ ਗੁਰੂ ਨਾਨਕ ਸਦੀਵੀ ਸੰਗ ਰਹਿਣ ਵਾਲੇ ਦਾਤੇ ਹੀ ਜਗਦੀਸ਼ਵਰ ਸਾਰੇ ਗੁਨਾ ਸੰਜਗਤ ਮਨ ਮੋਏ ਨੀਨ ਚਰਨ ਸੰਗੇ ਦਾਬ ਰਸ ਜਨ ਮਾਤੇ ਇਹਦੀ ਭਗਤਾਂ ਦਾ ਬੰਦੀ ਆਪਣੀ ਚਰਨਾਂ ਦੀ ਸੰਗ ਬੋਲਿਆ ਆਨੰਦੁ ਸਹਿਦਾਸ ਤੇਰੀ ਨਾਮ ਵਿੱਚ ਮਾਤੇ ਦੀ ਰਤੇ ਨੇ ਜੋ ਰਾਤਾ ਰੰਗ ਏਕ ਕੈ ਨਾਨਕ ਗੂੜਾ ਰੰਗ ਫਿਰ ਗੂੜਾ ਰੰਗ ਨਾਮ ਦਾ ਚੜਦਾ ਜੋ ਇੱਕ ਦੇ ਰੰਗ ਵਿੱਚ ਰਤੇ ਗਏ ਰਗੇ ਗਏ ਦਾਨਕ ਪ੍ਰੀਤਮ ਕਿਰਪਾਲ ਸਦੂ ਕਿਰੈ ਕੋਟ ਬਦੇ ਜਾਤ ਪਾਤਛਾਪ ਮਾਉਦੀ ਨਹੀਂ ਇਹ ਪ੍ਰੀਤਮ ਸਦਾ ਕਿਰਪਾਲ ਵਾਹੀ ਗੁਰੂ ਕਰੋੜਾ ਵਿੱਚ ਸੇ ਕਿਸੇ ਨੇ ਹੀ ਤੁਮ ਜਾਣੇ ਹੋ ਕਿਸੇ ਵਿਰਲੇ ਨੇ ਤੈਨੂੰ ਜਾਣਿਆ ਕਰੋੜਾ ਵਿੱਚ ਪ੍ਰੀਤੰ ਤੇਰੀ ਗਤ ਅਗਵੈ ਆਪਾਰ ਮਹਾਪਤ ਤਤ ਤੁਮ ਤਾਰੇ ਇਹ ਆਪਾਰ ਪ੍ਰੀਤਮ ਗੁਰੂ ਨਾਨਕ ਤੇਰੀ ਗਤੀ ਕਠ ਅਸੀਂ ਪਾਪੀ ਅਨੇਕਾਂ ਬਹੁ ਪਾਪੀ ਤੁਸਾਂ ਦੇ ਤਾਰ ਦਿੱਤੇ ਨੀ ਮਹਾਪਤ ਤ ਤੁਮ ਤਾਰੇ ਪਤ ਤ ਪਾਵਨ ਭਗਤ ਵਸ਼ ਕ੍ਰਿਪਾ ਸਹਿਦ ਸੁਆਮੀਆ ਇਹ ਪਾਪੀਆਂ ਦੇ ਪਵਿੱਤਰ ਕਰਨ ਘਾਰੇ ਮੇਰੇ ਗੁਰੂ ਨਾਨਕ ਭਗਤਾਂ ਦੇ ਪਿਆਰੇ ਮੇਰੇ ਪਾਤਸ਼ਾਹ ਕੀ ਕਿਰਪਾ ਦੇ ਸਮੁੰਦਰ ਜੀ ਸੁਆਮੀ ਸੰਤ ਸੰਗੇ ਭਜਨ ਸੰਗੇ ਰੋ ਸਦਾ ਅੰਤਰ ਜਾਮੀਆ ਸੰਤਾਂ ਦੇ ਸੰਗ ਕੀ ਤੇਰੀ ਕੋਲ ਸੰਗ ਹੋ ਕੇ ਜਪਦੇ ਕੀ ਅੰਤਰ ਦੇ ਪ੍ਰੇਰਕ ਮੇਰੇ ਗੁਰੂ ਨਾਨਕ ਅੰਤਰਜਾਮੀ ਪਾਤਸ਼ਾਹ ਜਿਨ੍ਹਾਂ ਦੇ ਸਾਥ ਤੁਮ ਸਦੀਵ ਰਮਣ ਕਰਦਾ ਅਭੇਦ ਕਰ ਲੈਂਦਾ ਆਪ ਬੁਲਾਉਂਦਾ ਹੈ ਆਪਣੀਆਂ ਪਿਆਰੀਆਂ ਕੋਟ ਜਨਮ ਪਰਮੰਤ ਜੋਤੀ ਤੇ ਨਾਮ ਸਿਮਰਤ ਤਾਰੇ ਪਾਤਸ਼ਾਹ ਫਰਵਾਦੇ ਨੇ ਕਰੋੜਾਂ ਜਨਮਾ ਜੀ ਜਉਨੀਆਂ ਵਿੱਚ ਪਰਮਦੇਵ ਕਰੋੜਾਂ ਕੋਟ ਜਨਮ ਇੱਕ ਜਨਮ ਨਹੀਂ ਕਰੋੜਾਂ ਜਨਮ ਭਰਮਦੇ ਰਹਿਣ ਜੂ ਨਾਮ ਸਿਮਣੇ ਕਰਕੇ ਹੀ ਮੇਰੇ ਗੁਰੂ ਨਾਨਕ ਤੂ ਤਾਰੇ ਨੇ ਭ੍ਰਮਤ ਜਉਨੀ ਤੇ ਨਾਮ ਸਿਮਰਤ ਤਾਰੇ ਤੇਰੇ ਨਾਮ ਨੂੰ ਜਪਿਆ ਤੇਰੀ ਯਾਦ ਚਿੱਤਨ ਵਿੱਚ ਜੜੇ ਹੋ ਤਦ ਗਏ ਦਾਨ ਕੇ ਦਰਸ ਪਿਆਸ ਖੜ ਜਿਓ ਆਪ ਲੈ ਹੋ ਸੁਭਾਰੇ ਪਾਤਸ਼ਾਹ ਪਰਮਉਦੀਨੀ ਦਾਨ ਕੇ ਦਰਸ ਪਿਆਸ ਖੜ ਜਿਓ ਆਪ ਲੈ ਹੋ ਸੁਭਾਰੇ ਕੀ ਮੇਰੀ ਵਾਖੀ ਗੁਰੂ ਗੁਰੂ ਦਾਤ ਮੇਰੀ ਕੋ ਤੇਰੀ ਦਰਸ਼ਨ ਦੀ ਚਾਹ ਪਿਆਸ ਖੜ ਜਿਓ ਆਪ ਮੇਰੀ ਸੁਭਾਲ ਕਰ ਲਵੋ ਆਪ ਰੱਖੋ ਰੱਖੋ ਆਪਣੀ ਸਰਣ ਪਰਮ ਬੋਹੀ ਕਿਰਪਾ ਤਾਰੇ ਆਪ ਬਖਸ਼ਿਸ਼ ਕਰਕੇ ਰੱਖੋ ਸਤ ਗੁਰੂ ਦੀ ਅਗਦੇ ਤੇ ਚਲੀਏ ਗੁਦ ਸ਼ਬਦੀ ਕੋ ਤੇ ਮਤਿਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁੱਧਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਏ ਏ ਅਚਟੇ